ਸਤ ਸ੍ਰੀ ਅਕਾਲ World Punjabi TV ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਜਸਮੀਤ ਕੋਰ ਤੇ ਲੈ ਕੇ ਹਾਜ਼ਰ ਹਾਂ ਹੁਣ ਵੇਲੇ ਤੱਕ ਦੀਆਂ ਪੰਜਾਬ ਅਤੇ ਦੇਸ਼ ਦੀਆਂ ਖਬਰਾਂ ਦੀ ਅਪਡੇਟ ਮੇਰੇ ਨਾਲ ਨੇ ਸਾਡੇ ਸੀਨੀਅਰ ਸਹਿਯੋਗੀ ਬਲਜੀਤ ਮਰਵਾਹਾ ਆਈਆਂ ਖਬਰਾਂ ਦੇ ਬਾਰੇ ਤੁਹਾਨੂੰ ਪਹਿਲਾਂ ਦੱਸ ਦਿਨੇ ਕਿ ਖਬਰਾਂ ਕਿਹੜੀਆਂ-ਕਿਹੜੀਆਂ ਖਾਸ ਰਹਿਣਗੀਆਂ ਜਿਨ੍ਹਾਂ ਦੇ ਬਾਰੇ ਅਸੀਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਚੀਫ ਸਕੱਤਰ ਕਰਨਵਤਾਰ ਸਿੰਘ ਦੀ ਜਿਨ੍ਹਾਂ ਤੋਂ ਟੈਕਸ ਦੇ ਸਾਈਜ਼ ਵਿਪਾਕ ਵਾਪਸ ਲੈ ਲਿਆ ਗਿਆ ਹਫੜਾ ਦਫੜੀ ਕਾਫੀ ਮੱਚੀ ਮੰਤਰੀਆਂ ਦੇ ਨਾਲ ਲੜਾਈ ਵੀ ਉਹਨਾਂ ਨੂੰ ਮਹਿੰਗੀ ਪਈ ਹੈ ਇਸ ਦੇ ਹੁਣ ਕੀ ਨਤੀਜੇ ਨਿਕਲਣਗੇ ਤਾਰਾਂ ਕਿੱਥੇ ਕਿੱਥੇ ਜਾ ਕੇ ਜੁੜਨਗੇ ਇਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੀ ਸੱਜਨ ਕੁਮਾਰ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਇੰਟਰਮ ਬੇਲ ਮੰਗੀ ਸੀ ਪਰ ਸੁਪਰੀਮ ਕੋਰਟ ਨੇ ਅਰਜੀ ਖਾਰਜ ਕਰ ਦਿੱਤੀ ਹੁਣ ਸੱਜਨ ਕੁਮਾਰ ਦਾ ਅਗਲਾ ਸਟੈਪ ਜਿਹੜਾ ਉਹ ਕੀ ਰਹੇਗਾ ਇਸ ਬਾਰੇ ਵੀ ਗੱਲ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਲੁਧਿਆਣਾ ਦੇ ਵਿੱਚ ਡਾਕਟਰਾਂ ਦੇ ਵੱਲੋਂ ਕੀਤੇ ਗਏ ਪ੍ਰੋਟੈਸਟ ਦੇ ਡਾਕਟਰ ਨੇ ਪ੍ਰੋਟੈਸਟ ਕੀਤਾ ਕਿ ਉਹ ਕਿਸ ਤਰ੍ਹਾਂ ਖੁਦ ਹੀ ਸੋਸ਼ਲ ਡਿਸਟੈਂਸ ਰੱਖਣਾ ਭੁੱਲ ਗਏ ਹਾਲਾਂਕਿ ਜ਼ਿੰਮੇਵਾਰੀ ਤਾਂ ਡਾਕਟਰਾਂ ਤੇ ਵੱਧ ਬਣਦੀ ਹੈ ਉਹ ਖੁਦ ਹੀ ਸੋਸ਼ਲ ਡਿਸਟੈਂਸ ਰੱਖਣਾ ਭੁੱਲ ਗਏ ਤੇ ਨਾਲ ਹੀ ਗੱਲ ਕਰਾਂਗੇ ਸਾਬਕਾ ਡੀਜੀਪੀ ਸੁਮੇਤ ਸਿਆਣੀ ਜੀ ਮੇਨ ਨਾਲ ਬਲਜੀਤ ਮਰਵਾਹਾ ਬਣੇ ਹੋਏ ਨੇ ਉਹਨਾਂ ਦਾ ਉਹਨਾਂ ਦੇ ਨਾਲ ਗੱਲ ਕਰਾਂਗੇ ਬਲਜੀਤ ਜੀ ਗੱਲ ਕਰੀਏ ਕਰਨਵਤਾਰ ਦੀ ਤਾਂ ਐਕਸਾਈਜ਼ ਟੈਕਸੇਸ਼ਨ ਵਿਭਾਗ ਉਹਨਾਂ ਤੋਂ ਲੈ ਲਿਆ ਗਿਆ ਜੀ ਰੇੜਕਾ ਲਗਾਤਾਰ ਵੱਧਿਆ ਹੋਇਆ ਸੀ ਮੰਤਰੀਆਂ ਨਾਲ ਲੜਾਈ ਮਹਿੰਗੀ ਪੈ ਗਈ ਬਿਲਕੁਲ ਦੇਖੋ ਆਪਾਂ ਕਹਿ ਸਕਦੇ ਆ ਅਸਲ 'ਚ ਜੋ ਇਸ ਮਾਮਲੇ ਦੀ ਪੂਰੀ ਪਰਚੋਲ ਕੀਤੀ ਜਾਵਨਾ ਇਹ ਮਾਮਲਾ ਮੰਤਰੀ ਵਰਸਸ ਚੀਫ ਸੈਕਟਰੀ ਦਾ ਨਹੀਂ ਹੈ ਇਹ ਮਾਮਲਾ ਹੈਗਾ ਸ਼ਰਾਬ ਦੇ ਕਾਰੋਬਾਰ ਦਾ ਆਪਾਂ ਕਿਸੇ ਵੀ ਸੂਬੇ ਦੀ ਗੱਲ ਕਰ ਲਈ ਆਪਣੇ ਮੁਲਕ ਦੇ ਖੈਰ ਬਾਅਦਲੇ ਮੁਲਕਾਂ ਦੇ ਸੂਬਿਆਂ ਦੀ ਵੀ ਗੱਲ ਕਰ ਲਈਏ ਸ਼ਰਾਬ ਕਿਤੇ ਵੀ ਚੱਲ ਜੋ ਈਜ਼ੀ ਵੇ ਟੂ ਮੇਕਿੰਗ ਮਨੀ ਹੈ ਸੋਰਸ ਆਫ ਇਨਕਮ ਦਾ ਸਭ ਤੋਂ ਸੌਖਾ ਸਾਧਨ ਹੈ ਸਭ ਤੋਂ ਮੁੱਢਲਾ ਸਾਧਨ ਹੈ ਪੰਜਾਬ ਦੀ ਗੱਲ ਕਰਦੇ ਆ 160 ਕਰੋੜ ਰੁਪਏ ਪ੍ਰਤੀ ਦਿਨ ਦੀ ਕਮਾਈ ਹੁੰਦੀ ਹੈ ਪੰਜਾਬ ਸਰਕਾਰ ਨੂੰ ਮਾਲੀਆ ਜੁੜਦਾ ਹੈ 6000 ਕਰੋੜ ਰੁਪਏ ਸਾਲਾਨਾ ਦਾ ਮਾਲੀਆ ਜੁੜਦਾ ਹੈ ਇੱਕ ਦਿਨ ਦਾ 160 ਕਰੋੜ ਰੁਪਏ ਜੁੜਦਾ ਹੈ ਤੇ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਸੀਗੀ ਕਿ ਅਸਲ 'ਚ ਮੰਤਰੀਆਂ ਨੇ ਵੀ ਇਸ ਉਂਗਲਾ ਚੱਕਿਆ ਸੀਗਾ ਕਰਨ ਫਤਾਰ ਤੇ ਜੋ ਸਾਡੇ ਪੰਜਾਬ ਦੇ ਮੁਖ ਸਕੱਤਰ ਨੇ ਚੀਫ ਸੈਕਟਰੀ ਉਹਨਾਂ ਦਾ ਮੁੱਦਾ ਕਿੱਥੋਂ ਸ਼ੁਰੂ ਹੋਇਆ ਸੀ ਕਿ ਜੀ ਇਹ ਆਪਣਾ ਸ਼ਰਾਬ ਕਾਰੋਬਾਰੀਆਂ ਨੂੰ ਰਾਇਤਾਂ ਦੇ ਰਹੇ ਨੇ ਕਿਉਂਕਿ ਉਹ ਇਸ ਵਿਭਾਗ ਦੇ ਵੀ ਸੈਕਟਰੀ ਸੀਗੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਹੈ ਨਹੀਂ ਸੀਗਾ ਖੁਦ ਹੀ ਕਰਨ ਵਾਲੇ ਸੀਗੇ ਕਿ ਉਹ ਸ਼ਰਾਬ ਕਾਰੋਬਾਰੀਆਂ ਨੂੰ ਖੁੱਲੀਆਂ ਰਾਇਤਾਂ ਦੇ ਰਹੇ ਨੇ ਇਸ ਤੇ ਮੰਤਰੀ ਨੇ ਇਤਰਾਜ਼ ਕਰਨਾ ਸ਼ੁਰੂ ਕੀਤਾ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੇ ਜਿਹੜੇ ਸਾਡੇ ਮੰਤਰੀ ਵੀ ਹੈਗੇ ਨੇ ਉਹ ਵੀ ਸੱਜਿਆਂ ਖੱਬਿਆਂ ਕਿਸੇ ਹੋਰ ਦੇ ਨਾਮ ਤੇ ਇਹਨਾਂ ਕਾਰੋਬਾਰਾਂ ਦੇ ਵਿੱਚ ਸ਼ਾਮਲ ਲੱਗੇ ਨੇ ਇਹ ਕਿਸੇ ਤੋਂ ਛੁਪੀ ਹੋਈ ਕੋਈ ਗੱਲ ਨਹੀਂ ਹੈਗੀ ਕਿ ਇਸ 'ਚ ਕੋਈ ਦੋਰਾਏ ਨਹੀਂ ਹੈਗੀ ਹੈ ਫਿਰ ਹੁਣ ਜਿਹੜੀ ਆਪਾਂ ਗੱਲ ਕਰੀ ਇਸ 4 ਦਿਨ ਪਹਿਲਾਂ ਸ਼ਨੀਵਾਰ ਨੂੰ ਜੋ ਗੱਲ ਹੋਈ ਕਹਿੰਦੇ ਜੀ ਇਹ ਇੱਜ਼ਤ ਨਾਲ ਬੁਲਾਉਂਦਾ ਨਹੀਂ ਹੈ ਚੀਫ ਸੈਕਟਰੀ ਮਨਿਸਟਰਾਂ ਨੂੰ ਬੁਲਾਉਂਦਾ ਨਹੀਂ ਹੈ ਮੁੱਦਾ ਇਹ ਬਣਾਇਆ ਗਿਆ ਤੇ ਅਸੀਂ ਦੇ ਨਾਲ ਮੀਟਿੰਗਾਂ 'ਚ ਨਹੀਂ ਆਵਾਂਗੇ ਉਹ ਕੋਈ ਐਡਾ ਵੱਡਾ ਵਿਸ਼ਾ ਲੱਗਦਾ ਨਹੀਂ ਸੀਗਾ ਫਿਰ ਕਹਾਣੀ ਸ਼ੁਰੂ ਚਰਨਜੀਤ ਨੇ ਕਹਿ ਲੋ ਵੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਆਪਣੇ ਜੋ ਕਲਚਰ ਫੇਅਰ ਮਿਨਿਸਟਰ ਨੇ ਪੰਜਾਬ ਦੇ ਕਿ ਜੀ ਇਹਨਾਂ ਨੇ ਇਹਨਾਂ ਨੂੰ ਬਦਮੀ ਜੀ ਨਾਲ ਬੋਲਿਆ ਨਾਲ ਰੋਕ ਦਿੱਤਾ ਗਿਆ ਤੇ ਹੁਣ ਜੋ ਆਪਣਾ ਦੋ ਦਿਨ ਪਹਿਲਾਂ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੁਨੀਲ ਜਾਖੜ ਨੇ ਸ਼ਰ੍ਹਾਂ ਵੀ ਖੁਲਾਸਾ ਕਰਤਾ ਵੀ ਜਿਹੜੇ ਚੀਫ ਸੈਕਟਰੀ ਕਰਨ ਅਫਤਾਰ ਸਿੰਘ ਹੈ ਇਹਦੇ ਜਿਹੜੇ ਮੁੰਡੇ ਦੇ ਸ਼ਰਾਬ ਕਾਰੋਬਾਰੀਆਂ ਦੇ ਨਾਲ ਸਬੰਧ ਨੇ ਸਬੰਧ ਛੱਡੋ ਉਹਨਾਂ ਨਾਲ ਹਿੱਸੇਦਾਰ ਜੋ ਹੁਣੇ ਪਿੱਛੇ ਜੇ ਹਟਾ ਦਿੱਤੇ ਗਏ ਸਨ ਸਿਟਿੰਗ ਐਮ ਐਲ ਏ ਨੇ ਉਹਨਾਂ ਦੇ ਨਾਲ ਉਹਦੇ ਕਾਰੋਬਾਰ ਚ ਹਿੱਸੇ ਆ ਗਏ ਨੇ ਤੇ ਬਾਕੀ ਔਖੇ ਹੋ ਰਹੇ ਨੇ ਡਿਫਾਲਟਰਾਂ ਦੀ ਗੱਲ ਕਰ ਲਈਏ ਕਰੋਨਾ ਨੇ ਵੈਸੇ ਹੀ ਪੰਜਾਬ ਦੀ ਆਰਥਿਕ ਸਥਿਤੀ ਲਾ ਕੇ ਰੱਖ ਦਿੱਤੀ ਐ ਸਰਕਾਰ ਨੇ ਹੁਣ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਰੋਨਾ ਦੇ ਵਿੱਚੋਂ ਰਿਕਵਰ ਕਰਨ ਲਈ ਇਹਨੂੰ ਫਾਈਨੈਂਸ਼ੀਅਲੀ ਜਿਹੜੀ ਸੈਟਬੈਕ ਐ ਰਿਕਵਰ ਕਰਨ ਲਈ ਸਭ ਤੋਂ ਪਹਿਲਾਂ ਕੀ ਖੋਲਿਆ ਸ਼ਰਾਬ ਖੋਲੀ ਐ ਵੀ ਸ਼ਰਾਬ ਨੂੰ ਆਪਾਂ ਰਾਇਤਾ ਕਰੀਏ ਘਰ-ਘਰ ਪਹੁੰਚਾ ਦਈਏ ਘਰ-ਘਰ ਪਹੁੰਚਾਣ ਚ ਵੀ ਚਲੋ ਕਿਸੇ ਨੂੰ ਇਤਰਾਜ਼ ਨਹੀਂ ਹੋਏਗਾ ਤੇ ਉਸ ਤੋਂ ਬਾਅਦ ਜਿਹੜੀ ਹੁਣ ਗੱਲ ਉੱਪਰ ਕੇ ਆ ਰ ਤੇ ਜੋ ਹੁਣ ਦੋਸ਼ ਲੱਗ ਰਹੇ ਨੇ ਪਤਾ ਨਹੀਂ ਇਸ ਚੀਜ਼ ਦੀ ਜਾਂਚ ਹੁੰਦੀ ਹੈ ਨਹੀਂ ਹੁੰਦੀ ਕੱਲ ਨੂੰ ਸਰਕਾਰਾਂ ਦੇ ਆਖੇ ਸਭ ਕੁਝ ਜਾਂਚ ਹੋਵੇ ਨਾ ਹੋਵੇ ਕਿ ਕਰਨ ਅਫਤਾਰ ਜਿਹੜੇ ਡਿਫਾਲਟਰਸ ਹੈਗੇ ਨੇ ਉਹਨਾਂ ਤੋਂ ਰਿਕਵਰੀਆਂ ਨਹੀਂ ਕਰ ਰਹੇ ਹਮ ਅਸਲੀ ਗੱਲ ਇਹ ਹੈ ਤੇ ਆਪਣੇ ਖੁਦ ਰਿਕਵਰੀਆਂ ਕਿਉਂ ਕਰਨਗੇ ਕਿਉਂਕਿ ਉਹਨਾਂ ਦਾ ਪੁੱਤਰ ਉਸ ਕੰਪਨੀ ਸ਼ਾਮਿਲ ਹੈ ਜਿਹੜੀ ਕੰਪਨੀ ਸ਼ਤ ਪੈਸੇ ਦੇਣੇ ਹੋਣਗੇ ਜਾਂ ਜਿਹੜੇ ਹੋਰ ਉਹਨਾਂ ਦੇ ਕੋਈ ਹਮਕਾਰੋਬਾਰੀ ਹੋਣਗੇ ਸੋ ਕੁੱਲ ਮਿਲਾ ਕੇ ਜਿਹੜਾ ਇਹ ਮਸਲਾ ਹੈਗਾ ਇਸ ਕਾਰੋਬਾਰ ਦੇ ਵਿੱਚ ਮੁਨਾਫਾ ਕਮਾਉਣ रिकवरीया ले नु ਢਿੱਲ ਦੇਣ ਦਾ ਜਿਹਦੇ ਕਰਕੇ ਆ ਵੀ ਹੁਣ ਅੱਜ ਦੀ ਜਿਹੜੀ ਲੇਟੈਸਟ ਅਪਡੇਟ ਹੈ ਵੀ ਕਰਨ ਅਵਤਾਰ ਤੋਂ ਜਿਹੜਾ ਹੈ ਇਸ ਵਿਭਾਗ ਦਾ ਚਾਰਜ ਵਾਪਸ ਲਿਆ ਜਾ ਰਿਹਾ ਤੁਸੀਂ ਇੱਕ ਚੀਜ਼ ਹੋਰ ਬੜਾ ਇੰਟਰਸਟਿੰਗ ਜਸ਼ਮੀ ਤੇ ਜਿਹੜਾ ਪਹਿਲੂ ਆ ਗਿਆ ਨਵਾਂ ਕਿ ਕਰਨ ਅਵਤਾਰ ਤੋਂ ਵਾਪਸ ਲੈ ਲਿਆ ਅੱਗੇ ਕਿਹੜੇ ਅਫਸਰ ਨੂੰ ਇਸ ਮੈਕੋ ਦਾ ਚਾਰਜ ਦਿੱਤਾ ਇਹ ਵੇ ਨੂੰ ਪਰਸਾ ਉਹ ਵੈਸੇ ਹੀ ਛੁੱਟੀ ਚੱਲ ਰਿਹਾ ਉਹਨੇ 20 ਮਈ ਨੂੰ ਵਾਪਸ ਆਣਾ ਡਿਊਟੀ ਤੇ ਹੁਣ ਕੀ ਵਿਕਲਪ ਰਹਿ ਗਿਆ ਉਹੀ ਹੈ ਨਾ 20 ਮਈ ਨੂੰ ਜਿਸ ਅਫਸਰ ਨੇ ਵਾਪਸ ਆਣਾ ਹੈ ਉਹਨੂੰ ਦਾ ਚਾਰਜ ਦਿੱਤੇ ਅੱਜ 13 ਮਈ ਹੈ ਹਫਤਾ ਪਿਆ ਉਹਨਾਂ ਦੇ ਕਾਂਡ ਦੇ ਵਿੱਚ ਹੁਣ ਉਸ ਜਿਹੜੇ ਕਿ ਆਪਣਾ ਹਾਲਦੀ ਘੜੀ ਕਹ ਲੋ ਇਹਨਾਂ ਖੱਚ ਇਹਨਾਂ ਕੋਲ ਟੈਕਸਟ ਡਿਪਾਰਟਮੈਂਟ ਦਾ ਚਾਰਜ ਵੀ ਸੀਗਾ ਕਰਨ ਅਫਤਾਰ ਦੇ ਕੋਲ ਤੇ ਹਾਲਦੀ ਘੜੀ ਮਨਪ੍ਰੀਤ ਬਾਦਲ ਸਿੱਧੇ ਹੀ ਹੋਗੇ ਸੀ ਉਹਨਾਂ ਦੇ ਸਾਹਮਣੇ ਆਮੋ ਸਾਹਮਣੇ ਕਿ ਯਾਰ ਜਿਸ ਮੀਟਿੰਗ ਚ ਕਰਨ ਅਫਤਾਰ ਹੋਏਗਾ ਇਸ ਮੀਟਿੰਗ ਚ ਮੈਂ ਨਹੀਂ ਜਾਊਂਗਾ ਮਨਪ੍ਰੀਤ ਬਾਦਲ ਵਿੱਤ ਮੰਤਰੀ ਹੈ ਕਰਨ ਅਫਤਾਰ ਕੋਲ ਵਿੱਤ ਦਾ ਚਾਰਜ ਵੀ ਸੀਗਾ ਹਾਲਦੀ ਘੜੀ ਉਹਨੂੰ ਵਿੱਤ ਤੋਂ ਲੰਬੇ ਕੀਤਾ ਹੀ ਗਿਆ ਉਸ ਤੋਂ ਬਾਅਦ ਹੁਣ ਜਿਹੜੇ ਸੈਕੰਡ ਸੀਗੇ ਆਪਣੇ ਇਸ ਡਿਪਾਰਟਮੈਂਟ ਦੇ ਅਨੁਰੋਧ ਤਿਵਾੜੀ ਆਈ ਗਏ ਨੇ ਉਹ ਕੰਮ ਦੇਖਣਗੇ ਤੇ 20 ਮੈਨੂੰ ਆ ਕੇ ਇਹ ਬੇਨੂੰ ਪ੍ਰਸ਼ਾਸਨ ਦੇਖਣ ਜੋ ਗੱਲ ਉੱਪਰ ਕੇ ਆ ਰਹੀ ਹੈ ਜੋ ਇਹਦੀ ਪਰਚੋਲ ਵੀ ਆਪਾਂ ਕਰੀਏ ਕਹਿੰਦੇ ਵੀ ਇਹ ਜਿਹੜੀ ਬੇ ਭਰੋਸਗੀ ਜਿਤਾ ਰਹੇ ਹਨ ਆਪਣਾ ਇਹ ਮੰਤਰੀ ਸਹਿਬਾਨ ਕੈਬਨਟ ਵਜ਼ੀਰ ਇਹ ਬੇ ਭਰੋਸਗੀ ਉਹਨਾਂ ਦੀ ਕਰਨ ਅਫਤਾਰ ਦੇ ਨੂੰ ਲੈ ਕੇ ਨਹੀਂ ਹੈ ਇਹ ਚੀਫ ਮਨਿਸਟਰ ਨੂੰ ਲੈ ਕੇ ਹੈ ਸਾਰਾ ਗੁੱਸਾ ਮਤਲਬ ਚੀਫ ਮਨਿਸਟਰ ਦੇਖਣਾ ਹਾਂ ਇੱਕ ਕਸਮ ਦੀ ਜਿਹੜੇ ਕਹ ਲੋ ਵੀ ਇਹ ਸ਼ੀਸ਼ਾ ਦਿਖਾਇਆ ਜਾ ਰਿਹਾ ਹੈ ਮੰਤਰੀਆਂ ਵੱਲੋਂ ਕੈਪਟਨ ਅਮਰਿੰਦਰ ਨੂੰ ਦਿਖਾਇਆ ਜਾ ਰਿਹਾ ਤੇ ਵਾਕਿਆ ਹੀ ਉਹਨਾਂ ਲਈ ਇਹ ਚੀਜ਼ ਚੁਣੌਤੀ ਬਣ ਕੇ ਖੜੀ ਹੁੰਦੀ ਹੈ ਕਿ ਨਹੀਂ ਹੁੰਦੀ ਯਾ ਇਹ ਵੇਣੂ ਪ੍ਰਸ਼ਾਦ ਦੇ ਆਉਣ ਤੋਂ ਬਾਅਦ ਰਿਕਵਰੀਆਂ ਸ਼ੁਰੂ ਹੋ ਜਾਂਦੀਆਂ ਕਿ ਨਹੀਂ ਹੁੰਦੀਆਂ ਇੱਕ ਤੋਂ ਜਿਹੜੀਆਂ ਗੱਲਾਂ ਹੈਗੀਆਂ ਨੇ ਇਹਦੇ ਨਾਲ ਇਹ ਮਾਮਲਾ ਹੁਣ ਠੰਡਾ ਪੈਂਦਾ ਕਿ ਨਹੀਂ ਪੈਂਦਾ 20 ਤਰੀਕ ਤੋਂ ਬਾਅਦ ਹੌਲੀ-ਹੌਲੀ ਪਿਕਚਰ ਜਿਹੜੀ ਸਾਫ਼ ਹੋਣੀ ਹੈ ਸ਼ੁਰੂ ਹੋ ਜੇਗੀ ਜੀ ਤੇ ਬਿਲਕੁਲ ਇੱਕ ਚੀਜ਼ ਤੇ ਹੋਰ ਕਲੀਅਰ ਹੋ ਗਈ ਇਹ ਸਾਰਾ ਜੋ ਵੀ ਹਾਈ ਵੋਲਟੇਜ ਡਰਾਮਾ ਜਿਹੜਾ ਚੱਲਿਆ ਬੀਤੇ ਦਿਨੀ ਚੱਲਿਆ ਹੁਣ ਤੱਕ ਚੱਲ ਰਿਹਾ ਹੈ ਕਿ ਕਾਂਗਰਸੀਆਂ ਦੀ ਫੁੱਟ ਬਹੁਤ ਵਾਰੀ ਜਗ ਜ਼ਾਹਰ ਹੋਈ ਪਰ ਪਹਿਲੀ ਵਾਰ ਹੈ ਲੱਗਦਾ ਹੈ ਕਿ ਯੂਨਿਟੀ ਸਾਹਮਣੇ ਆਈ ਹੈ ਸਭ ਦੀ ਕਿਸੇ ਇੱਕ ਚੀਜ਼ ਨੂੰ ਲੈ ਕੇ हां बिल्कुल कह सकते हैं चरणजीत ਤੋਂ ਸ਼ੁਰੂਆਤ ਹੋਈ ਮਨਪ੍ਰੀਤ ਬਾਦਲ ਅੱਗੇ ਆ ਗਏ ਉਸ ਤੋਂ ਬਾਅਦ ਸੁਨੀਲ ਜਾਖੜ ਅੱਗੇ ਆ ਗਏ ਹੁਣ ਸੁਖਜਿੰਦਰ ਰੰਧਾਵਾ ਰਾਜਾ ਵੜਿੰਗ ਉਹ ਸਾਰੇ ਆ ਰਹੇ ਨੇ ਤੇ ਉਹ ਕਹਿ ਰਹੇ ਨੇ ਕਿਤਨੇ ਕਿਤੇ ਮੰਤਰੀਆਂ ਦੀ ਯੂਨਿਟੀ ਮਤਲਬ हां ਸਿਰਫ ਇੱਕ ਸੀਨੀਅਰ ਸੈਕਟਰ ਨਾਲ ਲੱਗੇ ਤੇ ਬਾਰ ਬਾਰ ਇਹੀ ਚੀਜ਼ ਵੀ ਸਾਹਮਣੇ ਆ ਰਹੀ ਹੈ ਕਿ ਕੁਲ ਮਿਲਾ ਕੇ ਜਿਹੜੀ ਹੈ ਵੀ ਇਹ ਆਪਣੇ ਪੁੱਤਰ ਨੂੰ ਜਿਹੜੇ ਲਾਭ ਦੇ ਰਿਹਾ ਉਹ ਗਲਤ ਹੈਗੇ ਨੇ ਰੈਵਨਿਊ ਦੀ ਹਾਲਤ ਵੈਸੀ ਹੀ ਸੂਬੇ ਦੀ ਦੇਖ ਲਓ ਵੀ ਕਿੱਥੇ ਹੈਗੀ ਹੈ ਇਨਸਾਲ ਲੰਘੇ ਕੈਪਟਨ ਸਰਕਾਰ ਦੇ ਕੈਪਟਨ ਕਾਂਗਰਸ ਪਾਰਟੀ ਦਾ ਅਖੀਰਲਾ ਕਹਿ ਲਓ ਤੁਸੀਂ ਪੀਰੀਅਡ ਚੱਲਿਆ 2 ਸਾਲ ਐਂ ਲੰਘ ਜਾਣੇ ਇਹ ਸਾਲ ਦਾ ਸ਼ਾਇਦ ਕਰੋਨਾ ਚ ਹੀ ਲੰਘ ਜਾਏਗਾ ਵੀ 2 ਸਾਲ ਚ ਫਾਈਨੈਂਸ਼ੀਅਲ ਰਿਕਵਰੀ ਸੂਬੇ ਨੂੰ ਕੀ ਹੋਣੀ ਹੈ ਤੇ ਕੀ ਵਿਕਾਸ ਕਰ ਪਾਣਗੇ ਕੁੱਲ ਮਿਲਾ ਕੇ ਜਿਹੜੇ ਮਾਮਲੇ ਦੀ ਫਸਾਦ ਦੀ ਜੜ ਇਹ ਹੈ ਹੁਣ ਇਹੀ ਹੈ ਵੀ ਇੱਕ ਕਹਿ ਲੋ ਵੀ ਕੈਪਟਨ ਮਰਿੰਦਰ ਵੱਲੋਂ ਵੀ ਆਪਣੇ ਸਹਾਉਗੀ ਮੰਤਰੀਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਰਨ ਅਫਤਾਰ ਨੂੰ ਹਟਾ ਕੇ ਦੂਜੀ ਗੱਲ ਹੋਰ ਇਹਨਾਂ ਦੇ ਵੈਸੇ ਹੀ 2 ਮਹੀਨੇ ਰਹਿ ਗਏ ਨੇ ਕਰਨ ਅਫਤਾਰ ਦੀ ਰਿਟਾਇਰਮੈਂਟ ਨੂੰ ਤੇ ਤੁਸੀਂ ਵੀ ਜਾਣਦੇ ਹੋ ਦੁਨੀਆ ਵੀ ਜਾਣਦੀ ਹੈ ਕਿ ਚੀਫ ਸਕੱਟਰੀ ਉਹੀ ਲੱਗਦਾ ਜਿਹੜਾ ਸੀਐਮਡੀ ਪਸੰਦ ਦਾ ਹੋਵੇ ਤੇ ਹੁਣ ਸ਼ਾਇਦ ਹੁਣ ਕੈਪਟਨ ਸਾਹਿਬ ਇਹਨੂੰ ਐਕਸਟੈਂਡ ਰਿਟਾਇਰਮੈਂਟ ਦਾ ਟਾਈਮ ਹੈ ਸ਼ਾਇਦ ਐਕਸਟੈਂਸ਼ਨ ਮਿਲਦੀ ਹੈ ਨਹੀਂ ਮਿਲਦੀ ਜਾਂ ਹੋਰ ਕੋਈ ਆਪਣਾ ਚੀਫ ਸਕੱਟਰੀ ਕਹਿ ਲੋ ਵੀ ਕਿਹੜਾ ਆਂਦਾ ਹੈ ਹਾਲਾਂਕਿ ਇੱਕ ਲੇਡੀ ਹੈਗੀ ਹੈ ਪੰਜਾਬ ਦੀ ਅਸ ਅਧਿਕਾਰੀ ਉਹਦਾ ਨਾਂ ਬੜੇ ਜ਼ੋਰ ਨਾਲ ਚੱਲ ਰ ਪਰ ਉਹਨਾਂ ਨੂੰ ਉਹਨਾਂ ਲਈ ਥੋੜੀ ਅਰਚਨ ਵੀ ਹੈਗੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਹਸਬੰਡ ਨੇ ਉਹ ਪੰਜਾਬ 'ਚ ਇੱਕ ਬਹੁਤ ਵੱਡੇ ਅਹੁਦੇ ਤੇ ਆਲਰੇਡੀ ਹੈਗੇ ਨੇ ਤੇ ਜੇ ਕੱਲ ਨੂੰ ਉਹਨਾਂ ਦੀ ਘਰ ਵਾਲੀ ਚੀਫ ਸੈਕਟਰੀ ਲੱਗ ਜਾਂਦੀ ਹੈ ਹਾਲਾਂਕਿ ਉਹ ਆਪਣੇ ਸਟਰੋਂਗ ਦਾਵੇਦਾਰ ਹੈਗੀ ਹੈ ਤਾਂ ਫਿਰ ਉਹ ਸਰਕਾਰ ਵੀ ਕਹੇਗੀ ਕਿ ਉਹ ਪਰਿਵਾਰ ਦੇ ਜਿਹੜੇ ਹੈਗੇ ਇਹ ਬੰਦੇ ਤੁਸੀਂ ਅੱਗੇ-ਅੱਗੇ ਪ੍ਰਮੋਟ ਕਰ ਰਹੇ ਹੋ ਉਹਨਾਂ ਦਾ ਸ਼ਾਇਦ ਥੋੜਾ ਚਾਂਸ ਘਟ ਜੇ ਪਰ ਇਹ ਹੀ ਦੇਖਣਾ ਵੀ ਕਰਨ ਅਵਤਾਰ ਹੁਣ ਇੱਕ ਕਿਸਮ ਦਾ ਬੈਕ ਟੂ ਪੈਵਿਲਿਅਨ ਹੋ ਪਾਉਂਦੇ ਨੇ ਕਿ ਨਹੀਂ ਹੋ ਪਾਉਂਦੇ ਬਿਲਕੁਲ ਬਲਜੀਤ ਜੀ ਇੱਕ ਚੀਜ਼ ਹੋ ਰਿਹਾ ਜੋ ਇਸ ਦੌਰ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਸਾਡੀ ਜਿਹੜੀ ਅਰਥ ਵਿਵਸਥਾ ਹੈ ਮਤਲਬ ਵੱਡਾ ਸਵਾਲ ਹੈ ਕਿ ਸ਼ਰਾਬ ਦੇ ਠੇਕੇ ਖੋਲ ਦਿਓ ਅਰਥ ਵਿਵਸਥਾ ਡਮਟੂਲ ਹੋ ਗਈ ਸਾਡੇ ਖਜ਼ਾਨੇ 'ਚ ਪੈਸੇ ਨਹੀਂ ਇਹ ਤਾਂ ਸਰਕਾਰ ਬਿੱਤੇ ਤਿੰਨ ਸਾਲਾਂ ਤੋਂ ਹੀ ਕਹਿ ਰਹੀ ਹੈ ਵਿੱਤ ਮੰਤਰੀ ਪਹਿਲੇ ਦਿਨ ਤੋਂ ਰੋਣਾ ਰੋ ਰਹੇ ਨੇ ਮਠਿੰਡੇ ਜਾ ਕੇ ਵੀ ਉਹਨਾਂ ਨੇ ਇਹੀ ਕਿਹਾ ਕਿ ਖਜ਼ਾਨਾ ਖਾਲੀ ਹੈ ਖਸਾਨਾ ਖਾਲੀ ਸ਼ੁਰੂਆਤ ਵਿੱਚ ਪਹਿਲੇ ਬਿਆਨਾਂ ਦੇ ਵਿੱਚ ਉਹਨਾਂ ਨੇ ਇਹ ਆਖਿਆ ਹੁਣ ਵੀ ਇਹ ਹੈ ਕਿ ਖਜ਼ਾਨਾ ਖਾਲੀ ਹੈ ਇੱਕ ਪਾਸੇ ਤਾਂ ਜੀ ਅਸੀਂ ਸੋਖਾ ਰਹੇ ਹਾਂ ਕਿ ਨਸ਼ਾ ਖਤਮ ਕਰਾਂਗੇ ਦੂਜੇ ਪਾਸੇ ਠੇਕੇ ਵੀ ਖੋਲਣੇ ਨੇ ਤੀਜੇ ਪਾਸੇ ਡਿਫਾਇਲਟਰਾਂ ਤੋਂ ਪੈਸਾ ਲਿਆ ਵੀ ਨਹੀਂ ਜਾ ਰਿਹਾ ਹੁਣ ਤੇ ਬੜੇ ਮਤਲਬ ਮੀਮਸ ਵੀ ਬਣ ਰਹੇ ਨੇ ਕਿ ਸਾਡੀ ਆਰਥਿਕ ਆਰਥਿਕ ਵਿਵਸਥਾ ਹੈ ਜਿਹੜੀ ਉਹ ਠੇਕਿਆਂ ਤੇ ਚੱਲਦੀ ਹੈ ਬਿਲਕੁਲ ਬੜੇ ਹਾਸੋ ਹੀ ਨਹੀਂ ਮੀਮਸ ਲੋਕ ਬਣਾ ਰਹੇ ਨੇ ਕਾਰਟੂਨ ਬਣਾ ਰਹੇ ਨੇ ਬੜਾ ਨੈਗੇਟਿਵ ਇਮਪੈਕਟ ਜਾਣੀ ਜਾ ਰਿਹਾ ਸਰਕਾਰ ਦਾ ਦੇਖੋ ਜਿਸ ਵੀ ਰਸਤੇ ਆਪਾਂ ਇਹ ਕਹਿ ਸਕਦੇ ਆ ਕਿ ਕਿਸੇ ਵੀ ਆਪਾਂ ਸਟੇਟ ਦੇ ਵਿੱਚ ਚਲਦੀ ਹੈ ਜਿਹੜੇ ਇਹ ਪ੍ਰੋਡਕਟ ਹੁੰਦੇ ਨੇ ਨਾ ਇਹ ਈਵਨ ਕਿ ਆਪਾਂ ਸ਼ਰਾਬ ਨੂੰ ਨਾ ਲਈਏ ਸ਼ਰਾਬ ਤੋਂ ਨਾਲ ਤੁਸੀਂ ਭਾਵੇਂ ਜਿਹੜੇ ਗੁੱਟਕੇ ਹੁੰਦੇ ਨੇ ਜੜਦੇ ਹੁੰਦੇ ਨੇ ਬੀੜੀਆਂ ਹੁੰਦੀਆਂ ਨੇ ਤੰਬਾਕੂ ਕਹਿ ਲਓ ਪ੍ਰੋਡਕਟ ਕਹਿ ਲਓ ਉਤਪਾਦ ਕਹਿ ਲਓ ਇਹ ਸਭ ਤੋਂ ਵੱਡਾ ਸੋਰਸ ਆਫ ਇਨਕਮ ਹੈਗੇ ਨੇ ਕਿਸੇ ਵੀ ਸਟੇਟ ਦੀ ਗਵਰਨਮੈਂਟ ਚੱਲ ਜੋ ਜਿੰਨੇ ਮਹਿੰਗੇ ਵੀ ਵਿਕਦੇ ਹੁਣ ਤੁਸੀਂ ਗੱਲ ਕੀਤੀ ਹੈ ਬੀੜੀਆਂ ਦੀ ਆ ਲਾਕਡਾਊਨ ਦਾ ਪੀਰੀਅਡ ਚੱਲ ਰਿਹਾ ਸੀ ਜਦੋਂ ਦੀ ਸਟਾਰਟਿੰਗ ਹੋਈ ਸੀ ਲੋਕ ਜਿਹੜੇ ਵਾਕਈ ਇਹ ਦੇ ਹੈਪਚੁਅਲ ਹੁੰਦੇ ਨੇ ਬੀੜੀਆਂ ਪੀਣਦੇ ਆ ਤੰਬਾਕੂ ਖਾਂਦੇ ਆ ਆਮ ਤੌਰ ਤੇ ਜਿਹੜਾ 10 ਰੁਪਏ ਦਾ ਇੱਕ ਬੰਡਲ ਮਿਲਦਾ ਸੀ ਉਹ 50 50 ਰੁਪਏ ਦਾ ਵੀ ਵਿਕੇ 10 10 ਰੁਪਏ ਦੀ ਇੱਕ ਬੀੜੀ ਵੀ ਵਿਕੀ ਹੈ ਕਈ ਥਾਵਾਂ ਤੇ ਤਾਂ ਵਿੱਚ ਤਾਂ ਤੁਸੀਂ ਇੱਥੇ ਲਾ ਲਓ ਵੀ ਲੋਕਾਂ ਦੀ ਚਲੋ ਜਿਹੜੇ ਆਦੀ ਹੋ ਚੁੱਕੇ ਨੇ ਉਹਨਾਂ ਦਾ ਪੀਣਾ ਇਹਨਾਂ ਨੂੰ ਇਹਦੀਆਂ ਚੀਜ਼ਾਂ ਨੂੰ ਵਰਤਣਾ ਆਪਣਾ ਇੱਕ ਮਜਬੂਰੀ ਵੀ ਕਹਿ ਲਓ ਉਹਨਾਂ ਦੀ ਹੋ ਜਾਂਦੀ ਹੈ ਤੇ ਸਰਕਾਰ ਨੂੰ ਆ ਆਮਦਨੀ ਇਹਨਾਂ ਹੀ ਚੀਜ਼ਾਂ ਤੋਂ ਜ਼ਿਆਦਾ ਹੈਗੀ ਹੈ ਸਭ ਤੋਂ ਜ਼ਿਆਦਾ ਤੇ ਇਸ ਕਰਕੇ ਸਰਕਾਰ ਪਹਿਲ ਦੇ ਨਸ਼ਾ ਹੁਣ ਤੁਸੀਂ ਇੱਕ ਮਤਲਬ ਜੇ ਤੁਸੀਂ ਪਰਿਭਾਸ਼ਿਤ ਕਰੀ ਆਪਾਂ ਨਸ਼ੇ ਨੂੰ ਤੇ ਉਹਦੀ ਜਿਹੜੀ ਮਾਤਰਾ ਤਾਂ ਹੁਣ ਟੈਕਨੀਕਲੀ ਗਰਾਊਂਡ ਤੇ ਬਣ ਕੇ ਤੇ ਚਾਹੀ ਰਹੀ ਹੈ ਤੇ ਇਹਨੂੰ ਆਪਾਂ ਉਸ ਲੈਵਲ ਦਾ ਨਸ਼ਾ ਨਹੀਂ ਕਹਿ ਸਕਦੇ ਜਿਹੜਾ ਕਿ ਵਾਕੇ ਹੀ ਸੀਰੀਅਸ ਨਸ਼ਾ ਮੰਨਿਆ ਜਾਂਦਾ ਲਾਈਕ ਕਫੀਮਸ ਇਸ ਮੈਂ ਇੱਕ ਭੁਕੇ ਡੂਟੀਆਂ ਡੋਡੇ ਵਗੈਰਾ ਉਹਦੇ ਚੀਜ਼ ਚ ਨਹੀਂ ਆਂਦਾ ਤੇ ਸਰਕਾਰ ਦੇ ਇੱਕੋ ਮਜਬੂਰੀ ਹੈ ਕਿ ਸਾਨੂੰ ਇਸ ਤੋਂ ਜ਼ਿਆਦਾ ਤੋਂ ਜਲਦੀ ਪੈਸੇ ਜੁਟਣਗੇ ਇਸ ਕਰਕੇ ਸਰਕਾਰ ਨੇ ਖੋਲੇ ਆ ਬਿਲਕੁਲ ਇੱਕ ਸਵਾਲ ਹੋ ਰਿਹਾ ਕਿ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਸੁਖਜਿੰਦਰ ਰੰਦਾਵਾ ਨੇ ਇੱਕ ਹੋਰ ਵੀ ਮੋਰਚਾ ਖੋਲ ਦਿੱਤਾ ਕਹਿ ਰਹੇ ਨੇ ਕਿ ਠੇਕਿਆਂ ਤੋਂ 600 ਕਰੋੜ ਦਾ ਜਿਹੜਾ ਘਟ ਹੈ ਉਹ ਪਿਆ ਕਿਉਂ ਪਿਆ ਇਸ ਚੀਜ਼ ਦੀ ਵੀ ਜਾਂਚ ਹੋਣੀ ਪਣੀ ਡੈਫੀਨਿਟਲੀ ਬਣਦੀ ਵੀ ਹੈ ਨਹੀਂ ਬਿਲਕੁਲ ਆਪਣੇ ਆਪ ਸਵਾਲ ਹੈ ਫਿਰ ਉੱਥੀ ਗੱਲਾਂ ਜਾਂਦੀ ਹੈ ਬਈ ਇਹ ਜਿਹੜੀਆਂ ਰਿਕਵਰੀਆਂ ਸੀ ਜਾਂ ਤੋਂ ਕਰਨਫਤਾਰ ਅੱਛਾ ਦੂਜੀ ਗੱਲ ਦੇਖੋ ਵੀ ਜਿਹੜੇ ਐਕਸਾਈਜ ਐਂਡ ਟੈਕਸੇਸ਼ਨ ਡਿਪਾਰਟਮੈਂਟ ਦਾ ਜਿਹੜਾ ਵਿਭਾਗ ਹੈ ਉਹ ਕੈਪਟਨ ਮਨਿੰਦਰ ਤੇ ਕੋਲੀ ਹੈ ਹੂੰ ਹੂੰ ਤੇ ਇਸ ਵਿਭਾਗ ਦੇ ਦਾ ਕਰਨਵਤਾਰ ਸਿੰਘ ਉਹਨਾਂ ਦੇ ਖਾਸ ਨੇ ਉਹ ਚੀਫ ਸੈਕਟਰੀ ਵੀ ਹੈ ਤੇ ਇਸ ਡਿਪਾਰਟਮੈਂਟ ਦੇ ਸੈਕਟਰੀ ਕੌਣ ਸੀ ਉਹ ਵੀ ਉਹਨਾਂ ਦੇ ਲਾਏ ਹੋਏ ਬੰਦੇ ਹੀ ਸੀਗੇ ਤੇ ਕਿਤਨਾ ਕਿਤੇ ਜੇ ਇਹ ਮਤਲਬ ਖੁਦ ਰੂਲਿੰਗ ਪਾਰਟੀ ਦੇ ਵਿਧਾਇਕ ਨੇ ਰਾਜਾ ਵੜਿੰਗ ਉਹਨਾਂ ਦਾ ਹੀ ਕਹਿਣਾ ਤੇ ਆਪਣੇ ਆਪ ਸਵਾਲ ਖੜਾ ਕਰਦਾ ਹੈ ਵਾਕਈ ਜੇ ਪੰਜਾਬ ਨੇ ਇੰਨਾ ਘਾਟਾ ਪੈ ਗਿਆ ਤਾਂ ਕੈਪਟਨ ਮਨਿੰਦਰ ਦਾ ਧਿਆਨ ਕਿਉਂ ਨਹੀਂ ਗਿਆ ਇਸ ਚੀਜ਼ ਤੇ ਇਹਦਾ ਫਿਰ ਕਰਨਵਤਾਰ ਸਿੰਘ ਨੇ ਵੀ ਕਿਉਂ ਨਹੀਂ ਅਜੇ ਕੋਸ਼ਿਸ਼ਾਂ ਕੀਤੀਆਂ ਵੀ ਜੇ ਜੇ ਘਾਟਾ ਪੈ ਰ ਇਹ ਆਪਣੇ ਆਪ ਚ ਪਰਚੋਲ ਦਾ ਵਿਸ਼ਾ ਕਿਉਂਕਿ ਠੇਕੇ ਤਾਂ ਪਿਛਲੇ ਸਾਲ ਦੇ ਨਾਲੋਂ ਮਹਿੰਗੇ ਵਿਕੇ ਨੇ ਹੂੰ ਫਿਰ 2019 ਦੀ ਜਿਹੜੀ ਐਕਸਾਈਜ਼ ਪਾਲਿਸੀ ਪੰਜਾਬ ਦੀ ਬਣੀ ਸੀ 19 20 ਇਹ ਪਿਛਲੇ ਸਾਲ ਨਾਲੋਂ ਮਹਿੰਗੇ ਠੇਕੇ ਗਏ ਨੇ ਤੇ ਆਪਣੇ ਆਪ ਚ ਵੱਡੇ ਸਵਾਲ ਖੜੇ ਹੋ ਰਹੇ ਆ ਤੇ ਸਰਕਾਰ ਤੋਂ ਹੁਣ ਜੱਤਾ ਵੀ ਇਸ ਚੀਜ਼ ਬਾਰੇ ਪੁੱਛੇਗੀ ਵੀ ਸਪਾਈਆਂ ਨੂੰ ਦੇਣੀਆਂ ਹੀ ਪੈਣਗੀਆਂ ਬਿਲਕੁਲ ਮਿਲਜੀਤ ਜੀ ਆਪੇ ਕਹਿ ਸਕਦੇ ਆ ਕਿ ਤਾਣੀ ਹੈ ਜਿਹੜੀ ਸਾਰੀ ਉਲਝੀ ਹੋਈ ਹੈ ਇੱਕ ਵਾਰੀ ਤੇ ਹਾਂ ਬਿਲਕੁਲ ਉਹ ਤਾਂ ਹੈ ਹੀ ਹੈ ਤੇ ਹੁਣ ਕੈਪਟਨ ਅਮਰਿੰਦਰ ਲਈ ਵੀ ਸਿਚੁਏਸ਼ਨ ਹੈਗੀ ਹੈ ਕਿ ਹਾਊ ਟੂ ਕੰਟਰੋਲ ਕਿਦਾਂ ਚੀਜ਼ ਦੇ ਕਾਬੂ ਪਾਇਆ ਜਾਵੇ ਤਾਂ ਕਿ ਮੰਤਰੀ ਚੁੱਪ ਕਰਨ ਮੰਤਰੀ ਅੱਖਾਂ ਵਿਖਾਉਣ ਲੱਗੇ ਨੇ ਹਾਂ ਅੱਖਾਂ ਪਰ ਮੰਤਰੀ ਚੁੱਪ ਕਰਨ ਤੇ ਜੋ ਫੇਰ ਅੱਗੇ ਹੈ ਉਸ ਚੀ ਨੂੰ ਲੈ ਕੇ ਇਹਨੂੰ ਥੋੜਾ ਆਪਾਂ ਇਹ ਕਹੇ ਕਿ ਮੰਤਰੀ ਹੱਥੋਂ ਨਿਕਲ ਗਏ ਨੇ ਕੈਪਟਨ ਸਾਹਿਬ ਦੇ ਜੇ ਨਿਕਲਦੇ ਜਾ ਰਹੇ ਨੇ ਹਾਂ ਬਾਗੀ ਸੂਰੂ ਉੱਠਣੇ ਸ਼ੁਰੂ ਹੋਏ ਸੀਗੇ ਹੁਣ ਦਬ ਜਾਂਦੇ ਕਿ ਨਹੀਂ ਅੱਜ ਦੇ ਘਟਨਾਕ੍ਰਮ ਨਾਲ ਦਬ ਜਾਂਦੇ ਕਿ ਨਹੀਂ ਇਹ ਦੇਖਣ ਵਾਲੀ ਗੱਲ ਹੈ ਇਹ ਦੇਖਣਾ ਹੋਗਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਸੋ ਹੁਣ ਆਪਾਂ ਜੀ ਅਗਲੀ ਗੱਲ ਸਜ਼ਾ ਜ਼ਾਫਤਾ ਨੇ ਸੱਜਣ ਕੁਮਾਰ ਅੰਟੈਰਮ ਬੇਲ ਦੇ ਲਈ ਅਰਜੀ ਲਾਈ ਸੀ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਖਾਰਜ ਹੋ ਗਈ ਇਸ ਦੇ ਬਾਰੇ ਕੀ ਕਹੋਗੇ ਬਿਲਕੁਲ ਸੱਜਣ ਕੁਮਾਰ ਦੇਖੋ ਵੀ ਸਾਰੀ ਜ਼ਿੰਦਗੀ ਮਨਿਸਟਰ ਹੀ ਰਹੇ ਨੇ ਕਿਸੇ ਸਮੇਂ ਭਾਵੇਂ ਐਮਪੀ ਬਣਦੇ ਰਹੇ ਐਮਐਲਏ ਬਣਦੇ ਜੇ ਵੀ ਟਿਕਟਾਂ ਨਾਲ ਲੈ ਕੇ ਫਾਈਟ ਕਰਦੇ ਰਹੇ ਹਨਾ ਚਾਹੇ ਹੁਣ ਪਿੱਛੇ ਚਲੋ ਉਹਨਾਂ ਨੂੰ ਸਜ਼ਾ ਵੀ ਹੋ ਗਈ ਸੀ ਹੁਣ ਉਹਨਾਂ ਨੇ ਮੈਡੀਕਲ ਗਰਾਉਂਡ ਤੇ ਲਾਈ ਸੀ ਤੇ ਸੁਪਰੀਮ ਕੋਰਟ ਨੇ ਵੀ ਬੜਾ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਕਿ ਤੁਹਾਡੇ ਠੀਕ ਹੈ ਮੈਡੀਕਲ ਰਿਪੋਰਟ ਆਈ ਹੈ ਪਰ ਇਹ ਕਿਤੇ ਜ਼ਿਕਰ ਨਹੀਂ ਹੈ ਕਿ ਤੁਹਾਨੂੰ ਹਸਪੀਟਲ ਵਿੱਚ ਦਾਖਲ ਹੋਣ ਦੀ ਜ਼ਰੂਰ ਤੇ ਕੋਟਨੇ ਇਸੇ ਕਰਕੇ ਵੀ ਅਸੀਂ ਇੱਥੇ ਇਹਨਾਂ ਨੂੰ ਮੈਡੀਕਲ ਗਰਾਉਂਡ ਦੇ ਨਾਮ 'ਤੇ ਰਿਪੋਰਟ ਬਣਾਤੀ ਐ ਅਸੀਂ ਇਹਨਾਂ ਨੂੰ ਦੇ ਦਈਏ ਇੰਟਰਮ ਬੇਲ ਤੇ ਘਰ ਜਾ ਕੇ ਬੈਠ ਜਾਣ ਤੇ ਕੱਲ ਨੂੰ ਫਿਰ ਸਵਾਲ ਉੱਠਣ ਵੀ ਕਿਉਂ ਦੇ ਦਿੱਤੀ ਗਈ ਫਿਰ ਕਿਤੇ ਇਸ਼ਾਰੇ ਉੱਠਣਗੇ ਸਰਕਾਰਾਂ ਵੱਲ ਇਹਨੂੰ ਕੋਈ ਸ਼ੈਲਟਰ ਦਿੱਤਾ ਜਾ ਰਿਹਾ ਤੇ ਉਹ ਇੱਕ ਕਿਸਮ ਦਾ ਜਿਹੜੇ ਕੁਝ ਪੈਦਾ ਹੋਣੇ ਸੀ ਸ਼ੰਕੇ ਉਹਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਤੇ ਹੁਣ ਆਪਣਾ ਜੇਲ੍ਹ ਚ ਹੀ ਆਪਣੇ ਦਿਨਾਂ ਜਿਹੜੇ ਇਹ ਬਤਾਨਣਗੇ ਪਰ ਲੱਗਦਾ ਨਹੀਂ ਹੈ ਕਿ ਹੁਣ ਫਿਰ ਸਦੀਨ ਕੁਮਾਰ ਟਿੱਕੇ ਬੈਠੂਗਾ ਕਿਤੇ ਵੀ ਕਿਉਂਕਿ ਜਦੋਂ ਤੋਂ ਐਦਾਂ ਸਜ਼ਾ ਜ਼ਾਫਤਾ ਹੋਇਆ ਲਗਾਤਾਰ ਕੁਛ ਨਾ ਕੁਛ ਟੰਗ ਤਰੀਕੇ ਅਪਣਾਏ ਜਾ ਰਹੇ ਨੇ ਬਿਲਕੁਲ ਲੀਡਰ ਲੋਕ ਹੁੰਦੇ ਨੇ ਇਹਨਾਂ ਲੋਕਾਂ ਲਈ ਤਾਂ ਵੈਸੇ ਹੀ ਇੱਕ ਦਿਨ ਦੀ ਜੇਲ੍ਹ ਹੀ ਮਰਦ ਸਮਾਨ ਹੋ ਜਾਂਦੀ ਹੈ ਹੂੰ ਹੂੰ ਬਿਲਕੁਲ ਇਹ ਜੇਲ੍ਹਾਂ ਦੇ ਵਿੱਚ ਵੀ ਰਹਿ ਕੇ ਜਿਹੜੇ ਵੀ ਵੀ ਆਈਪੀ ਸਹੂਲਤਾਂ ਦੀ ਗੱਲ ਹੁੰਦੀ ਹੈ ਇਹਨਾਂ ਨੂੰ ਮਿਲੀ ਜਾਂਦੀਆਂ ਹੁੰਦੀਆਂ ਨੇ ਪਰ ਅਗਲੇ ਨੂੰ ਲੱਗਦਾ ਵੀ ਘਰ ਘਰ ਹੀ ਹੁੰਦਾ ਹੈ ਘਰ ਜਾ ਕੇ ਬੈਠੀਏ ਰਾਮ ਨਾਲ ਕਾਗਜ਼ਾਂ ਦਾ ਸੱਜਾ ਚੱਲੀ ਹੋ ਜਾ ਰਹੀ ਹੈ ਸੋ ਉਸ ਤਰ੍ਹਾਂ ਦੀ ਕਿਆਸ ਰਾਈਆਂ ਮਤਲਬ ਕੋਈ ਹੋਰ ਵੀ ਪ੍ਰੋ ਤੇ ਉਹ ਫਿਰ ਕਰਦੇ ਕੁਝ ਹੋਰ ਪਾਏਗੇ ਤੇ ਵਾਪਸ ਉਹਨਾਂ ਨੂੰ ਫਿਰ ਸੁਲਾਖਾਂ ਪਿੱਛੇ ਜਾਣਾ ਪਿਆ ਦੇਖੋ ਹੁਣ ਸ਼ਾਇਦ 4-6 ਮਹੀਨੇ ਬਾਅਦ ਦੁਬਾਰਾ ਫਿਰ ਲਾ ਦੇਣ ਕਿਤੇ ਬਿਲਕੁਲ ਤੇ ਦੂਜੀ ਵਾਰੀ ਲਿਖਾ ਕੇ ਲੈ ਆਣਗੇ ਕਿ ਮੈਨੂੰ ਹਸਪੀਟਲ 'ਚ ਦਾਖਲ ਹੋਣਾ ਹੈ ਹਾਂ ਲਿਖਾ ਕੇ ਲੈ ਆਣਗੇ ਹਾਂ ਬਿਲਕੁਲ ਹਸਪੀਟਲ ਲੈ ਜਾਣਾ ਹੈ ਹੋਣਾ ਵੀ ਇਦਾਂ ਹੀ ਇੰਨੀ ਆ ਬਿਲਕੁਲ ਤੇ ਦੇਖੋ ਤੇ ਦੂਜੀ ਵਾਰੀ ਹੁਣ ਸਮੀਰ ਸਿਆਣੀ ਨੂੰ ਜ਼ਮਾਨਤ ਮਿਲ ਗਈ ਹੈ ਅਕਾਉਂਟ ਕਿਸ ਤਰ੍ਹਾਂ ਦਾ ਕੀ ਅਸਰ ਹੋ ਸਕਦਾ ਹੈ ਨਾ ਸਾਰੀਆਂ ਚੀਜ਼ਾਂ ਦਾ ਕਿਉਂਕਿ ਇੱਕ ਵੱਡੇ ਦਬਦਬੇ ਵਾਲੇ ਉਹ ਅਫਸਰ ਰਹੇ ਨੇ ਸੁਮੇਧ ਸੈਣੀ ਦਾ ਮਾਮਲਾ ਮਤਲਬ ਕਿਤੇ ਨਾ ਕਿਤੇ ਨੂੰ ਦੇਖੇ ਜਾਵਨ ਨੇ ਤਾਂ ਇਹ ਬਿਲਕੁਲ ਇੱਕ ਦਾ ਜਿਹੜਾ ਆਧਾਰ ਸੀ ਇੱਕ ਦਾ ਬੇਸ ਸੀ ਨਾ ਉਹ ਰਾਜਨੀਤਿਕ ਇੱਕ ਸਾਜ਼ਿਸ਼ ਕਹਾਵਾਂਗਾ ਮੈਂ ਸੀ ਓਕੇ ਕਿਉਂਕਿ ਮੈਂ ਬੜਾ ਖੁੱਲ ਕੇ ਤੁਹਾਨੂੰ ਗੱਲ ਦੱਸਦਾ 2000 ਜਦੋਂ 2002 ਤੋਂ 2007 ਵਿੱਚ ਪੰਜਾਬ ਚ ਕੈਂਪਟਨ ਸਰਕਾਰ ਹੀ ਸੀਗੀ ਕਾਂਗਰਸ ਦੀ ਸਰਬਦੀਪ ਸਿੰਘ ਵੀ ਪੰਜਾਬ ਦੇ ਡੀਜੀਪੀ ਸੀਗੇ ਤੇ ਉਹਨਾਂ ਦੇ ਮਤੈਦ ਹੁੰਦੇ ਸੀ ਸੁਮੇਧ ਸਿੰਘ ਸੈਣੀ ਹੂੰ ਤੇ ਜਦੋਂ ਫਿਰ ਕਾਲੀ ਸਰਕਾਰ ਆਈ ਹੈ ਉਸ ਤੋਂ ਬਾਅਦ 10 ਸਾਲ ਕੰਟੀਨਿਊ ਹੋਈ ਹੈ ਉਸ ਪੀਰੀਅਡ ਦੌਰਾਨ ਸੁਮੇਸ਼ ਸਿੰਘ ਸੈਂਡੀ ਆ ਕੇ ਆਪਣਾ ਡੀਜੀਪੀ ਪੰਜਾਬ ਬਣੇ ਤੇ ਇੱਕ ਡੀਜੀਪੀ ਵੱਲੋਂ ਇੱਕ ਕਿਸੇ ਨੂੰ ਜੇ ਆਪਾਂ ਜੂਨੀਅਰ ਹੀ ਹੋਗੇ ਨਾ ਸੁਮੇਸ਼ ਸੈਂਡੀ ਫਿਰ ਉਸ ਤੋਂ ਬਾਅਦ ਜੇ ਡੀਜੀਪੀ ਬਣੇ ਨੇ ਸਰਪਦੀ ਬਿਰਕ ਤੋਂ ਇੱਕ ਜੂਨੀਅਰ ਡੀਜੀਪੀ ਵੱਲੋਂ ਆਪਣੇ ਇੱਕ ਸੀਨੀਅਰ ਡੀਜੀਪੀ ਨੂੰ ਚੱਕ ਕੇ ਹਵਾਲਾ ਚ ਸੁੱਟਿਆ ਗਿਆ ਜੀ ਵੱਡਾ ਆਪਣੇ ਆਪ ਚ ਇੱਕ ਹੋ ਜਾਂਦਾ ਹੈ ਪਬਲਿਕ ਇੰਟਰਸਟ ਵੀ ਹੈ ਇਹ ਜਿਹੇ ਮਾਮਲੇ ਆ ਚ ਆ ਜਾਂਦੇ ਨੇ ਕਿ ਆਈਪੀਐਸ ਨੇ ਇੱਕ ਜੂਨੀਅਰ ਆਈਪੀਐਸ ਨੇ ਇੱਕ ਸੀਨੀਅਰ ਆਈਪੀਐਸ ਨੂੰ ਹਵਾਲਾ ਦਿੱਤਾ ਉਹ ਕਰਪਸ਼ਨ ਕੇਸ ਸੀਗੇ ਪ੍ਰੋਪਰਟੀ ਐਸੈਟਸ ਦੇ ਮਸਲੇ ਜੀ ਜੋ ਵੀ ਸੀਗੇ ਸੋ ਕਿਤੇ ਨਾ ਕਿਤੇ ਖੁੱਲ ਕੇ ਮੈਂ ਕਹਾਂ ਵੀ ਸਰਪਦੀਪ ਸਿੰਘ ਬਿਰਕ ਨੇ ਕੁਝ ਨਾ ਕੀਤਾ ਹੋਵੇ ਪਰ ਉਹਦੇ ਮਨ ਚ ਇੱਕ ਕਸਰ ਤਾਂ ਹੋਏਗੀ ਤੁਸੀਂ ਸਭ ਤੋਂ ਵੱਡਾ ਇੰਟਰਸਟਿੰਗ ਪਹਿਲੂ ਦੇਖੋ ਵੀ ਇਸ ਕੇਸ ਦੇ ਵਿੱਚ ਸ਼ੈਣੀ ਦੇ ਖਿਲਾਫ ਵਕੀਲ ਕੌਣ ਹੈ ਡੀਜੀਪੀ ਸਰਪਦੀਪ ਸਿੰਘ ਬਿਰਕ ਦਾ ਮੁੰਡਾ ਪ੍ਰਦੀਪ ਬਿਰਕ ਬਿਲਕੁਲ ਉਹ ਸੈਣੀ ਦੇ ਖਿਲਾਫ ਕੇਸ ਲੜ ਰਿਹਾ 29 ਸਾਲ ਬਾਅਦ ਆ ਕੇ ਜਿਸ ਚੀਜ਼ ਨੂੰ ਸੁਪਰੀਮ ਕੋਰਟ ਇੱਕ ਵਾਰ ਰੱਦ ਕਰਾਰ ਦੇ ਚੁਕੀ ਹੈ ਉਹ ਚੀਜ਼ ਦਾ ਗੜੇਮੁਰਦਾ ਦੁਬਾਰਾ ਔਖੜ ਜਾਣਾ ਆਪਣੇ ਆਪ ਸਵਾਲ ਹੈ ਤੇ ਹੋ ਸਕਦਾ ਹੈ ਕਿ ਵਿਰਕ ਨਹੀਂ ਸ਼ਾਇਦ ਕੋਈ ਤਾਣਾ ਬਾਣਾ ਇਹ ਜਾ ਬੁਣਿਆ ਹੋਵੇ ਬੀ ਇਸ ਚੀਜ਼ ਤੇ ਕੁਝ ਕੀਤਾ ਜਾਵੇ ਤੇ ਆਪਣਾ ਤੁਸੀਂ ਕਹਿ ਸਕਦੇ ਹੋ ਇਨਸਪੈਕਟਰ ਜਿਹੜੇ ਆਪਣਾ ਪੰਜਾਬ ਪੁਸਤ ਦੇ ਚਰਚੀ ਦੇ ਇਨਸਪੈਕਟਰ ਨੇ ਗੁਰਮੀਤ ਪਿੰਕੀ ਬੜਾ ਖੁੱਲ ਕੇ ਉਹਨਾਂ ਨੇ ਕਿਹਾ ਕਿ ਜੋ ਕੁਝ ਹੁੰਦਾ ਹੈ ਇਹ ਵਿਰਕ ਹੀ ਕਰਾਂ ਨਾਲ ਹੈ ਵਿਰਕ ਕਰਵਾ ਰਿਹਾ ਦੋ ਸਾਲ ਜਾਣ ਵਾਲੇ ਕੈਪਟਨ ਸਰਕਾਰ ਦੇ ਕਿਤੇ ਸ਼ਾਇਦ ਕਿਸੇ ਮੰਤਰੀ ਨਾਲ ਕਿਸੇ ਅਫਸਰ ਨਾਲ ਸੇ ਹੋਏਗੀ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਜਾਂਦੇ ਹਾਂ ਜੇ ਮੈਂ ਕੁਝ ਕਰ ਸਕਦਾ ਤਾਂ ਆਪਣਾ ਇਹਦੇ ਚ ਕੀਤਾ ਜਾਓ ਅਪਡੇਟ ਲੈ ਲਓ ਕਿ ਇਹ ਜਿਹੜੀ ਹੁਣ ਮੁਹਾਲੀ ਕੋਰਟ 'ਚ ਇਹਨਾਂ ਦਾ ਪਰਚਾ ਹੈ ਨਾ ਮੁਹਾਲੀ ਦਾ ਮਟਰ ਥਾਣੇ ਜੀ ਮੁਹਾਲੀ ਕੋਰਟ 'ਚ ਕੇਸ ਗਿਆ ਅਦਾਲਤ ਨੇ ਜ਼ਮਾਨਤ ਇਹਨਾਂ ਨੂੰ ਇਸ ਸ਼ਰਤ ਤੇ ਦਿੱਤੀ ਹੈ ਕਿ ਉਹਨਾਂ ਨੇ 7 ਦਿਨਾਂ ਦੇ ਵਿੱਚ ਵਿੱਚ ਥਾਣੇ ਦੇ ਵਿੱਚ ਪੇਸ਼ ਹੋਣਾ ਹੈ। ਹੂੰ 7 ਦਿਨਾਂ ਦੇ ਵਿੱਚ ਵਿੱਚ ਜੀ ਪਰਸਨਲ ਜ਼ਮਾਨਤ ਹੋਈ ਅਜ ਤੀਜਾ ਦਿਨ ਕਹਿ ਲਓ ਹੂੰ 4 ਦਿਨ ਬਚੇ ਨੇ ਹੁਣ ਵੱਡਾ ਸਵਾਲ ਇਹ ਹੋਏਗਾ ਕਿ ਵਾਕਈ ਹੀ ਸੈਣੀ ਇੱਥੇ ਮਟੌਰ ਥਾਣੇ ਦੇ ਵਿੱਚ ਆ ਕੇ ਪੇਸ਼ ਹੁੰਦੇ ਨੇ ਕਿ ਨਹੀਂ ਕਿ ਕਾਗਜ਼ੀ ਕਾਰਵਾਈ ਹੋ ਗਈ ਕਿਤੇ ਥਾਣੇ ਦਾ ਕੋਈ ਮੁਲਾਜ਼ਮ ਜਾ ਕੇ ਘਰ ਜਾ ਕੇ ਉਹਨਾਂ ਦੇ ਸਾਈਨ ਕਰਾ ਲਿਆਵੇ ਹਾਂਜੀ ਪੇਸ਼ ਹੋ ਗਏ ਨੇ। ਹੂੰ ਹਾਂ ਇੱਥੇ ਵੀ ਅਫਸਰ ਦਾ ਕਿਉਂਕਿ ਇੱਕ ਡੀਜੀ ਹਾਂ ਇੱਕ ਡੀਜੀਪੀ ਦਾ ਬਤੌਰ ਦੋਸ਼ੀ ਉੱਥੇ ਆ ਕੇ ਇੱਕ ਸਬ ਇੰਸਪੈਕਟਰ ਲੈਵਲ ਦੇ ਆ ਇੰਸਪੈਕਟਰ ਲੈਵਲ ਦੇ ਸਾਹਮਣੇ ਬੰਦੇ ਬੈਠ ਕੇ ਉਸ ਤੇ ਜੋ ਦੋਸ਼ ਲੱਗਿਆ ਹੋਇਆ ਟਾਰਚਰ ਦਾ ਉਸ ਇਨਵੈਸਟੀਗੇਸ਼ਨ ਨੂੰ ਜੁਆਇਨ ਕਰਨ ਦੇ ਆਪਣੇ ਸਾਈਨ ਕਰਨੇ ਅਫਸਰ ਲਈ ਤਾਂ ਕਹਿ ਲੋ ਇਹ ਵੀ ਮਰਨ ਸਮਾਨ ਹੀ ਹੁੰਦਾ ਬਿਲਕੁਲ ਬਿਲਕੁਲ ਕਿ ਮੈਂ ਡੀਜੀਪੀ ਰਿਹਾ ਹਾਂ ਮਾ ਤੇ ਮੈਂ ਥਾਣੇ ਜਾ ਕੇ ਸਾਈਨ ਕਰਾਂਗਾ ਮੈਂ ਆਪਣੇ ਤੇ ਜੂਨੀਅਰ ਦੇ ਕੋਲੇ ਜਾ ਰਿਹਾ ਹਾਂ ਹੁਣ ਦੁਨੀਆ ਦੀ ਅੱਖ ਇਸ ਚੀਜ਼ ਤੇ ਰਹੇਗੀ अच्छा सैनी दी एनकाउंटरਾਂ ਦੇ ਦੋਸ਼ ਇਹਨਾਂ ਤੇ ਲੱਗਦੇ ਰਹੇ ਨੇ ਨਜਾਇਜ਼ ਇਨਕਾਊਂਟਰ ਕਰਨ ਦੇ ਇਲੀਗਲ ਇਨਕਾਊਂਟਰ ਕਰਨ ਦੇ ਤੇ ਇੱਕ ਮਤਲਬ ਪਬਲਿਕ ਇਹਨਾਂ ਦੇ ਹੱਕ ਚ ਇਸ ਕਰਕੇ ਨਹੀਂ ਆਂਦੀ ਤੇ ਹੁਣ ਕਿਹ ਤਰ੍ਹਾਂ ਕਿਤੇ ਇਹ ਜ਼ੋਰ ਵੀ ਚੱਲੇਗਾ ਕਿ सैनी ਫਿਜ਼ੀਕਲੀ ਸ਼ਰੀਰਿਕ ਤੌਰ ਤੇ ਥਾਣੇ ਜਾ ਕੇ ਪੇਸ਼ ਹੋਵੇ ਤੇ ਕੇਸ ਨੂੰ ਅੱਗੇ ਖਿੱਚਿਆ ਜਾਵੇ ਗੁਰਸ਼ਰਨ ਕੌਰ ਰਮਾਨਿਕ ਵਕੀਲ ਹੈਗੇ ਨੇ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਇਸ ਤਰੀ ਤਸ਼ੱਦਦ ਕੀਤਾ ਗਿਆ ਸੀ ਖੁਦ ਗੁਰਦਰਸ਼ਨ ਮਾਨ ਦਾ ਗੁਰਸ਼ਾਨ ਮਾਨ ਵਕੀਲ ਦਾ ਕਹਿਣਾ ਹੈ ਖੁਦ ਸ਼ਿਕਾਰ ਨੇ ਇਸ ਚੀਜ਼ ਦਾ ਬਿਲਕੁਲ ਉਸ ਮਹਿਲਾ ਨੂੰ ਵੀ ਟਾਰਚਰ ਕੀਤਾ ਗਿਆ ਸੀਗਾ ਉਹ ਬੜਾ ਸਟਰੋਂਗ ਹੋ ਕੇ ਖੜੇ ਹੋਏ ਨੇ ਉਹਨਾਂ ਨੇ ਮਹਾਲੀ ਕੋਰਟ ਜਿੱਦਣ ਸਣ ਦੀ ਜ਼ਮਾਨਤ ਸੀ ਉਹਦੀ ਆਪਣੀ ਸਟੇਟਮੈਂਟ ਵੀ ਦੇ ਦਿੱਤੀ ਐ ਸੋ ਹੈ ਜੇ ਲੋਕ ਕਹਿਣ ਨੇ ਉਹ ਕਹਿਣਗੇ ਕਿ ਵੱਤ ਤੋਂ ਵੱਦ ਇਸ ਕੇਸ ਨੂੰ ਖਿੱਚਿਆ ਜਾਵੇ ਤੇ ਸੈਣੀ ਜੇ ਕਿਤੇ ਸ਼ਕੰਜਾ ਕਸਿਆ ਜਾ ਸਕਦਾ ਕਸੋ ਉਸ ਮੈਂ ਦੇ ਸਕਦਾ ਕਹਿ ਸਕਦਾ ਵੀ ਸੈਣੀ ਦਾ ਮਤਲਬ ਕਹਿ ਲਓ ਵੀ ਇਸ ਕੇਸ ਤੋਂ ਛੁਟਕਾਰਾ ਹੋ ਗਿਆ ਇਹ ਚੀਜ਼ ਨਹੀਂ ਆ ਹਾਂ ਲਈ ਇੱਕ ਤੋਂ ਬਾਅਦ ਇੱਕ ਨਵੇਂ ਵੱਡੇ ਵੱਡੇ ਇਲਜ਼ਾਮ ਨੇ ਜਿਹੜੇ ਲੱਗ ਰਹੇ ਨੇ ਠੀਕ ਹੈ ਪਰ ਇੱਕ ਚੀਜ਼ ਹੋਰ ਵੀ ਦਿਲਚਸਪ ਰਹੇਗੀ ਕਿ ਹੁਣ ਸੈਣੀ ਹਾਜ਼ਰ ਹੁੰਦੇ ਨੇ ਜਾਂ ਨਹੀਂ ਹੁੰਦੇ ਹਾਂ ਇਹ ਹਣ 4 ਦਿਨ ਦੇ ਦੇਖਣ ਲਈ 4 ਰਾਤ ਦਿਨ ਦੇਖਣ ਨਾਲ ਉਸ ਤੋਂ ਬਾਅਦ ਜਿਹੜਾ ਪੂਰਾ ਘਟਨਾਕ੍ਰਮ ਉਹ ਕਿਸ ਤਰ੍ਹਾਂ ਦਾ ਰਹੇ ਕਾਇ ਵੀ ਖਾਸ ਰਹੇ ਮੀਡੀਆ ਦੀ ਨਜ਼ਰ ਵੀ ਉਸ ਤੇ ਰਹੇਗੀ ਦੁਨੀਆ ਦੀ ਵੀ ਰਹੇਗੀ ਸਰਦੀ ਇਹ ਗੱਲ ਆਈ ਬਣ ਕੇ ਰਹਿਣੀ ਹੈ ਕਿ ਹਾਂ ਸੈਨੀ ਜਾ ਰਹੇ ਨੇ ਤਾਂ ਨਹੀਂ ਜਾ ਰਹੇ ਅਗਲੇ ਕੱਲਬਾ ਬਲਜੀਤ ਜੀ ਲੁਧਿਆਣਾ ਵੀ ਕਰਦੇ ਆਂ ਹਮ ਅੱਜ ਕੱਲ੍ਹ ਕੀ ਆ ਜਾਂਦਾ ਕਿ ਸੋਸ਼ਲ ਡਿਸਟੈਂਸ ਰੱਖੋ ਕੋਰੋਨਾ ਵਾਇਰਸ ਹੈ ਇਲਾਜ ਕਰੇ ਡਾਕਟਰ ਤੇ ਨਰਸਾਂ ਹੀ ਪਰੇਸ਼ਾਨ ਨੇ ਮਤਲਬ ਲੁਧਿਆਣਾ ਚ ਅੱਜ ਕੀ ਹੋਇਆ ਕਿ ਡਾਕਟਰਾਂ ਨੇ ਤੇ ਨਰਸਾਂ ਨੇ ਹੰਗਾਮਾ ਕੀਤਾ ਹਾਲਾਂਕਿ ਬਣਦਾ ਤੇ ਸੀ ਕਿ ਉਹਨਾਂ ਨੂੰ ਤਨਖਾਹ ਵਾਧ ਦਿੱਤੀਆਂ ਜਾਂਦੀਆਂ ਕਿਉਂਕਿ ਭਈ ਆਪਣੇ ਬਾਲ ਬੱਚਿਆਂ ਨੂੰ ਛੱਡ ਕੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਇਲਾਜ ਕਰਨ ਦੇ ਵਿੱਚ ਲੱਗੇ ਹੋਏ ਨੇ ਪਰ ਹੋਇਆ ਕੀ ਹੈ ਉਹਨਾਂ ਨੇ ਤਨਖਾਹਾਂ ਹੀ ਘਟ ਦਿੱਤੀਆਂ 8-8000 ਰੁਪਏ ਨਰਸਾਂ ਲੈ ਰਹੇ ਸੀ 3-3000 ਦੀ ਘਟौती ਕਰ ਦਿੱਤੀ ਪੱਲੇ ਕਿਹਾ ਕਿ 5000 5000 ਚ ਕੀ ਪਾਉਂਦੇ ਹਾਲਾਂਕਿ ਮੰਗਾ ਤੇ ਕੀਤੀ ਜਾ ਰਹੀ ਸੀ ਕਿ 50 ਲੱਖ ਦਾ ਨਾ ਤਾਂ ਬੀਮਾ ਕਰਵਾ ਦਿਓ ਸੋਸ਼ਲ ਡਿਸਟੈਂਸ ਵੀ ਵਿਚਾਰੇ ਡਾਕਟਰ ਭੁੱਲ ਗਏ ਕਿ ਜਦੋਂ ਤਲਵਾਰ ਲਟਕਣ ਲੱਗ ਗਈ ਰੋਜ਼ੀ ਰੋਟੀ ਤੇ ਜਾਂ ਘਰ ਦੇ ਖਰਚਿਆਂ ਤੇ ਤੇ ਫਿਰ ਸੋਸ਼ਲ ਡਿਸਟੈਂਸ ਤਾਂ ਉਹਨਾਂ ਨੂੰ ਚੇਤੇ ਹੀ ਨਹੀਂ ਇਸ ਮਾਮਲੇ 'ਚ ਬਿਲਕੁਲ ਆਪਾਂ ਪੰਜਾਬ ਦੀ ਆਪਾਂ ਆਰਥਿਕ ਸਥਿਤੀ ਬਾਰੇ ਮੈਂ ਤੁਹਾਡਾ ਥੋੜਾ ਧਿਆਨ ਦਿਵਾਉਣਾ ਚਾਹਾਂਗਾ ਕਿ ਦੇਖੋ ਕੈਪਟਨ ਸਰਕਾਰ ਦੇ 3 ਸਾਲ ਪੂਰੇ ਹੋ ਚੁੱਕੇ ਨੇ ਮਾਰਚ 2017 'ਚ ਗਵਰਨਮੈਂਟ ਬਣੀ ਤੇ ਮਾਰਚ 2020 ਤੱਕ ਸਾਡੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਇਹ ਹੀ ਕਹਿੰਦੇ ਰਹੇ ਕਿ ਪੈਸਾ ਨਹੀਂ ਹੈ ਪੈਸਾ ਨਹੀਂ ਹੈ ਪੈਸਾ ਨਹੀਂ ਹੈ ਐਤਕੀ ਜਿਹੜਾ ਵਿਧਾਨ ਸਭਾ ਸੈਸ਼ਨ ਹੋਇਆ ਐਤਕੀ ਇਹਨਾਂ ਨੇ ਬਜਟ ਪੇਸ਼ ਕੀਤਾ ਉਹਦੇ ਵਿੱਚ ਮੈਂ ਖੁਦ ਉੱਥੇ ਹਾਜ਼ਰ ਵੀ ਸੀਗਾ ਉਹਨਾਂ ਨੇ ਕਿਹਾ ਸੀ ਕਿ ਹਾਂਜੀ ਹੁਣ ਪੰਜਾਬ ਦੀ ਜਿਹੜੀ ਗੱਡੀ ਹੈ ਲੀ ਤੇ ਆਏਗੀ ਮਾਰਚ ਦੀ ਗੱਲ ਹੈ ਇਹ ਕਰੋਨਾ ਜਨਵਰੀ ਚ ਆਣਾ ਸ਼ੁਰੂ ਹੋ ਗਿਆ ਹੂੰ ਤੇ ਮਾਰਚ ਦੇ ਐਂਡ ਚ ਹੀ ਮਾਰਚ ਅਪ੍ਰੈਲ ਚ ਪੰਜਾਬ ਸਰਕਾਰ ਨੇ ਅਨੁਮਾਨ ਲਾਇਆ ਸੀ ਕਿ ਸਾਨੂੰ 88000 ਕਰੋੜ ਦਾ ਮਾਲੀਆ ਜੁਟਣਾ ਹੈ ਹੂੰ 88000 ਕਰੋੜ ਤੇ ਜਦੋਂ ਮਾਰਚ ਖਤਮ ਹੋਇਆ ਤਿੰਨ ਮਹੀਨਿਆਂ ਦੇ ਬਾਅਦ ਹੀ ਸਰਕਾਰ ਨੇ ਕਹਿ ਤਿਆ ਜੀ ਕਿ ਸਾਡਾ ਤਾਂ ਸਤੰਬਰ 2020 ਤੱਕ ਹਲੇ ਪੰਜਵਾਂ ਮਹੀਨਾ ਮਈ ਦਾ ਚੱਲ ਰਿਹਾ ਚਾਰ ਮਹੀਨੇ ਹੋਰ ਨੇ ਵੀ ਸਤੰਬਰ 2020 ਤੱਕ ਸਾਡਾ 22000 ਕਰੋੜ ਰੁਪਇਆ ਕੱਲਾ ਕਰੋਨਾ ਤੇ ਹੀ ਲੱਗ ਜਾਣਾ ਹੂੰ ਬੜੀ ਵੱਡੀ ਰਕਮ ਹੈ 22000 ਕਰੋੜ ਰੁਪਇਆ ਸਾਡਾ ਕਰੋਨਾ ਤੇ ਹੀ ਲੱਗ ਜਾਣਾ ਹੈ हरियाणा पंजाब ਨਾਲੋਂ ਕੋਈ ਮਤਲਬ ਆਪਾਂ ਕਹੀਏ ਵੀ ਨਹੀਂ ਅਨਾਸ ਸੋਲਿਡ ਸਟੇਟ ਕਹ ਲੋ ਮੰਨੀ ਜਾਂਦੀ ਉਹ ਤਨਖਾਹਾਂ ਡਬਲ ਦੇ ਰਿਆ ਆਪਣੇ ਮਲਾਜ਼ਮ ਔਰ ਆਪਣੇ ਕੱਟੀਆਂ ਜਾ ਰਹੀਆਂ ਆਪਣੇ ਕੱਟੀਆਂ ਇੱਥੇ ਮਿਲ ਵੀ ਨਹੀਂ ਰਹੀਆਂ ਹੂੰ ਬਿਲਕੁਲ ਜਿਹੜੀਆਂ ਸਰਕਾਰ ਨੇ ਉਹ ਤੁਸੀਂ ਜੀ ਦੇਖੋ ਨਾ ਸਰਕਾਰ ਨੇ ਜਨਤਾ ਲਈ ਤਾਂ ਹੁਕਮ ਕਰਤੇ ਸਿੱਖਿਆ ਮੰਤਰੀ ਨੇ ਕਹਿਤਾ ਫੀਸਾਂ ਨਹੀਂ ਲੈਣੀਆਂ ਦਾਖਲੇ ਨਹੀਂ ਲੈਣੇ ਕਿਰਾਏਦਾਰ ਕਿਰਾਇਆ ਨਹੀਂ ਮੰਗ ਜਬਰਦਸਤੀ ਮੰਗਿਆ ਜਾਏਗਾ ਕਿਰਾਏਦਾਰ ਤੋਂ ਪਰ ਹੋਏ ਸਾਰਾ ਹੀ ਰਿਹਾ ਕੋਈ ਨੌਕਰੀਆਂ ਚੋਂ ਕੱਢਿਆ ਨਹੀਂ ਜਾਏਗਾ ਹੂੰ ਤੇ ਤਨ ਘਾ ਕੇ ਸਦੀ ਮਾਰੀ ਜਾਏਗੀ ਵੀ ਤੁਸੀਂ ਪ੍ਰਾਈਵੇਟਾਂ ਤਾਂ ਹੁਕਮ ਜਾਰੀ ਕਰ ਰਹੇ ਹੋ ਤੁਸੀਂ ਆਪ ਤਾਂ ਦੇ ਨਹੀਂ پا ਰਹੇ ਬਿਲਕੁਲ ਔਰ ਵਾਕਈ ਫਿਰ ਚਲੋ ਕਰੋਨਾ ਮਤਲਬ ਇੱਕ ਲੋਕਾਂ ਚ ਪੈਨਿਕ ਹੈ دہشت ਹੈ ਪਰ ਉੱਪਰ ਕੋਈ ਇੰਨੀ ਭਿਆਨਕ ਬਿਮਾਰੀ ਵੀ ਨਹੀਂ ਹੈ ਕਿ ਜਿਹਨੂੰ ਹੋ ਗਿਆ ਤਾਂ ਉਹ ਮਰ ਕੇ ਹੀ ਹਟੇਗਾ ਹੂੰ ਹੂੰ ਬਿਲਕੁਲ ਉਹ ਜਾਨ ਜਾਣੀ ਹੋਣੀ ਹੈ ਹਨਾ ਟਰੀਟ ਵੀ ਟਰੀਟਮੈਂਟ ਹੈਗਾ ਇਸ ਚੀਜ਼ ਦਾ ਤੇ ਇੱਕ ਉਹਨਾਂ ਚ ਵੈਸੇ ਅਸੰਤੋਸ਼ ਜਿਹੜੀ ਹੈ ਆ ਸੁਰੱਖਿਆ ਦੀ ਭਾਵਨਾ ਸਮਾਜਿਕ ਤੌਰ ਤੇ ਫਿਰ ਬੰਦੇ ਚ ਆ ਹੀ ਜਾਣੀ ਹੈ ਕਿ ਯਾਰ ਆਪਾਂ ਦਿਨ ਰਾਤ 24 ਘੰਟੇ ਕੰਮ ਕਰ ਰਹੇ ਆ ਤੇ ਸਾਨੂੰ ਜਿਹੜੇ ਪੈਸੇ ਉਹ ਨਹੀਂ ਮਿਲ ਰਹੇ ਸਮਾਜਿਕ ਦੂਰੀ ਤਾਂ ਫਿਰ ਇੱਕ ਬੜਾ ਛੋਟਾ ਜਿਹਾ ਮਸਲਾ ਰਹਿ ਜਾਂਦਾ ਉੱਥੇ ਮੈਂ ਬੜਾ ਵੱਡਾ ਸਵਾਲ ਹੈ ਬਲਜੀਤ ਜੀ ਕਿ ਜੋ ਲੋਕ ਲੋਕਾਂ ਦੀਆਂ ਜਾਨਾਂ ਬਚਾ ਰਹੇ ਨੇ ਅਸੀਂ ਉਹਨਾਂ ਲਈ ਵੀ ਨਹੀਂ ਕੁਝ ਕਰ ਪਾਰੇ ਉਹਨਾਂ ਨੂੰ ਤਨਖਾਹਾਂ ਤੁਸੀਂ ਪੂਰੀਆਂ ਨਹੀਂ ਦੇ ਰਹੇ ਹਾਲਾਂਕਿ 8000 ਰੁਪਏ ਬੜੀ ਥੋੜੀ ਤਨਖਾਹ ਹੁੰਦੀ ਹੈ ਉਹਦੇ 'ਚ ਤੁਸੀਂ 3000 ਕੱਟ ਲਿਆ 5000 'ਚ ਪੁੱਛਣਾ ਲਾ ਹੋਵੇ ਕਿ ਕੋਈ ਘਰ ਕਿਵੇਂ ਚਲਾਊਗਾ ਹਣੇ ਹਸਪੀਟਲ ਵੀ ਜਾਣਾ ਓਣ ਜਾਣ ਦਾ ਵੀ ਖਰਚਾ ਘਰ ਦਾ ਕੋਈ ਕਿਰਾਏਤ ਰੰਦਾ ਕਿਰਾਇਆ ਬਿਜਲੀ ਦਾ ਬਿੱਲ ਕਿੰਨੀਆਂ ਚੀਜ਼ਾਂ ਹੋ ਜਾਣਗੀਆਂ ਇਰਾਸ਼ਣ ਪਾਣੀ ਸਾਰੇ ਲਿਕੇ ਨਿਆਣੇ ਵੀ ਹੁੰਦੇ ਨੇ ਘਰਾਂ ਦੇ ਵਿੱਚ ਪੰਜ ਹਜ਼ਾਰ ਤਾਂ ਬੜਾ ਮਤਲਬ ਮੈਨੂੰ ਲੱਗਦਾ ਕਿ ਬੜੀ ਸ਼ਰਮਨਾਕ ਜੀ ਗੱਲ ਹੈਗੀ ਹੈ ਜਿਹੜਾ ਜਿ ਉਹਨਾਂ ਦੀਆਂ ਤਾਂ ਕਾਹ ਕੱਟ ਕੇ ਆਈਆਂ ਨੇ ਮੈਨੂੰ ਕਿਤਨਾ ਕਿਤੇ ਦੇ ਵਿੱਚ ਮੈਨੂੰ ਇੱਕ ਚੀਜ਼ ਹੋਰ ਵੀ ਲੱਗ ਰਹੀ ਹੈ ਇੱਥੇ ਨਾ ਰਾਜਨੀਤਿਕ ਰਾਜਨੀਤਿਕ ਸਾਜ਼ਿਸ਼ ਦੀ ਜਾਂ ਰਾਜਨੀਤਿਕ ਬੋਅ ਆਣ ਲੱਗ ਪੈਂਦੀ ਹੈ ਸ਼ੁਰੂਆਤ ਹੋ ਜਾਂਦੀ ਹੈ ਕਿਉਂ ਕਾਫੀ ਚਿਰ ਤੋਂ ਰੌਲਾ ਪਾ ਰਹੇ ਆ ਵੀ ਸੂਬਾ ਸਰ ਵਿੱਤ ਮੰਤਰੀ ਨੇ ਮੰਨਿਆ ਕਿ ਸਾਨੂੰ ਸਿਰਫ 77 ਕਰੋੜ ਰੁਪਏ ਆਇਆ ਮੰਤਰੀ ਬਦਲ ਨੇ ਮੰਨਿਆ ਰਾਸ਼ਨ ਵੰਡ ਦੀ ਗੱਲ ਕਰ ਲਈਏ ਆਰਮ ਵਿਲਾਸ ਪਾਸਵਾਨ ਕੇਂਦਰ ਚ ਮੰਤਰੀ ਨੇ ਸਬੰਧਤ ਵਿਭਾਗ ਮੇ ਉਹ ਕਹਿੰਦੇ ਮੈਂ ਜਿੰਨਾ ਰਾਸ਼ਨ ਪੰਜਾਬ ਨੂੰ ਭੇਜਿਆ ਉਹਦੀ ਜੋ ਫਿਗਰ ਹਨ ਇਹਨਾਂ ਵਾਪਸ ਭੇਜਿਆ ਵੰਡਣ ਦੀ ਉਸ ਹੱਦ ਨਾਲ ਸਿਰਫ 1% ਵੰਡ ਹੋਇਆ ਬਾਕੀ ਕਿੱਥੇ ਜਾ ਰਿਹਾ ਤੇ ਫਿਰ ਸ਼ਾਇਦ ਪਤਾ ਨਹੀਂ ਹੁਣ ਪੰਜਾਬ ਸਰਕਾਰ ਦੀ ਸਾਜ਼ਿਸ਼ ਹੈ ਜਾਂ ਵਾਕਈ ਉਹਨਾਂ ਕੋਲ ਪੈਸਾ ਨਹੀਂ ਹੈਗਾ ਖਜ਼ਾਨਾ ਨਹੀਂ ਹੈਗਾ ਉਹਨਾਂ ਨੂੰ ਦਿਖਾਣਾ ਚਾਹੁੰਦੇ ਹੁਣ ਦੇ ਕੋਈ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਤੇ ਸ਼ਾਇਦ ਕੁਝ ਅਹ ਹੈ ਜੇ ਮਤਲਬ ਇਹਨੂੰ ਤੁਸੀਂ ਹਤਕੰਡਾ ਕਹੋ ਜੇ ਸਾਜ਼ਿਸ਼ ਹੋ ਰਹੀ ਹੈ ਜਾਂ ਵਾਕਈ ਜੇ ਅਸਲੀਅਤ ਹੈ ਤਾਂ ਕੁਝ ਕਧਖਾਨ ਤੇ ਉਹਨਾਂ ਨੂੰ ਸ਼ਾਇਦ ਕੋਈ ਪੈਸਾ ਇਦਾਂ ਦਾ ਮਿਲ ਜੇ ਹੂੰ ਤੇ ਜੋ ਰਾਸ਼ਨ ਵੰਡਿਆ ਨਹੀਂ ਗਿਆ ਤੇ ਰਾਸ਼ਨ ਗਿਆ ਗਿਆ ਕਿੱਥੇ ਇਹ ਵੀ ਇਹ ਵੀ ਸਰਕਾਰ ਦੇ ਸਵਾਲ ਕਰ ਰਹੇ ਹਨ ਹਾਲਾਂਕਿ ਪਿੱਛੇ ਇੱਕ ਵੀਡੀਓ ਵੀ ਵਾਇਰਲ ਹੋਇਆ ਸੀਗਾ ਇੱਕ ਮਨਿਸਟਰ ਦੇ ਨਾਲ ਰਿਲੇਟਡ ਉਹਦੇ ਵੀਡੀਓ ਕੀ ਦਿਖਾ ਰਹੇ ਸੀ ਕਿ ਸੈਂਟਰ ਗਵਰਨਮੈਂਟ ਤੋਂ ਜਿਹੜੇ ਥੈਲੇ ਆਏ ਨੇ ਰਾਸ਼ਨਾਂ ਦੇ ਕਿਟਸ ਬਣ ਕੇ ਆਈਆਂ ਨੇ ਸੈਂਟਰ ਗਵਰਨਮੈਂਟ ਦਾ ਨਾਮ ਲਿਖਿਆ ਉਸ ਤੇ ਬਕਾਇਦਾ ਲਿਖਿਆ ਨਾਟ ਫੋਰ ਸੇਲ ਨਾਟ ਫੋਰ ਸੇਲ ਸੇਲ ਵੀ ਲਿਖਿਆ ਹੈ ਤੇ ਉਹ ਜਦੋਂ ਲੋਕਾਂ ਤੱਕ ਪਹੁੰਚੇ ਤਾਂ ਉਹ ਜਿਸ ਥੈਲੇ ਚੀ ਉਸ ਤੇ ਕੈਪਟਨ ਮਿੰਦਰ ਦੀ ਫੋਟੋ ਸੀ ਚੇਂਜ ਹੋ ਗਿਆ ਥੈਲੇ ਚੇਂਜ ਹੋ ਰਹੇ ਨੇ ਵੀ ਇਹ ਸੂਬਾ ਸਰਕਾਰ ਕੀ ਆਪਣੇ ਲੋਕ ਦਿਖਾਣਾ ਚਾਹ ਰਹੀ ਹੈ ਉਹ ਚੜੀ ਦੀ ਨਾਲ ਲੱਥੀ ਨਹੀਂ ਸ਼ਤियारबाजी ਜਿੰਦਾਬਾਦ ਇਹ ਚੀਜ਼ ਆ ਉਹੋ ਚੀਜ਼ ਉਹੋ ਚੀਜ਼ ਆ ਗਈ ਨਾ ਉਹ ਕਹਿੰਦੇ ਵੀ ਕੈਪਟਨ ਦਿੱਲੀੋਂ ਤੁਰਿਆ ਤਾਂ ਫੋਟੋ ਮਹਿਕਮੇ ਦਾ ਨਾਮ ਸੀਗਾ ਇੱਥੇ ਆ ਗਈ ਕੈਪਟਨ ਦੀ ਫੋਟੋ ਲੱਗ ਗਈ ਸੋ ਬੜੀਆਂ ਇਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ ਇਹ ਹਕੀਕਤ ਹੈ ਨਹੀਂ ਹੈ ਯਾ ਬਾਬਸਤਾਏ ਦੇ ਕਿਦਾਂ ਹੋ ਸਕਦੇ ਨੇ ਆਉਣ ਵਾਲੇ ਦਿਨਾਂ 'ਚ ਕੇਂਦਰ ਵੀ ਕਹਿ ਲੋ ਵੀ ਭਾਜਪਾ ਬੈਠੀ ਹੈ ਵਿਰੋਧੀ ਸਰਕਾਰ ਹੈ ਉਹ ਵੀ ਦੱਸੇਗੀ ਵੀ ਅਸੀਂ ਇੰਦੀ ਮਦਦ ਕੀਤੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜਾ ਇਹ ਹੁਣ ਕਹਿ ਲੋ ਵੀ ਇਸ ਮੂਸ਼ੇ ਤੇ ਹੁਣ ਆਪਾਂ ਕਹਿ ਦਿੰਦੇ ਹਾਂ ਵੀ ਰਾਜਨੀਤੀ ਦੀ ਜਿਹੜੀ ਉਠਾ ਪਟਕ ਹੈ ਉਹ ਸ਼ੁਰੂ ਹੋ ਚੁੱਕੀ ਹੈ ਸ਼ੁਰੂ ਹੋ ਚੁੱਕੀ ਹੈ ਮਤਲਬ ਜੋ ਚੀਜ਼ ਹੈ ਜੋ ਮਹਾਮਾਰੀ ਹੈ ਉਹਨੂੰ ਹਟਾਉਣ ਵਾਲੇ ਪਾਸੇੋਂ ਧਿਆਨ हट ਗਏ ਬਾਕੀ ਚੀਜ਼ਾਂ ਵਾਲੇ ਪਾਸੇ ਜਾ ਗਏ ਬਿਲਕੁਲ ਬਿਲਕੁਲ ਕੱਲ ਪ੍ਰਧਾਨ ਮੰਤਰੀ ਨੇ ਵੀ ਸੰਬੋਧਨ ਕੀਤਾ ਸੀ 20 ਲੱਖ ਕਰੋੜ ਦਾ ਪੈਕੇਜ ਹੈ ਆਰਥਿਕ ਪੈਕੇਜ ਉਹਨਾਂ ਨੇ ਦਿੱਤਾ ਪਰ ਇੱਕ ਚ ਕੋਰੋਨਾ ਨੇ ਬਹੁਤ ਵੱਡੇ ਵੱਡੇ ਐਲਾਨ ਕੀਤੇ ਲੋਕਾਂ ਨੂੰ ਕਿਹਾ ਕਿ ਹਾਂ ਲੋਕਾਂ ਨੂੰ ਪਾਰਟ 4 ਸ਼ੁਰੂ ਹੋ ਸਕਦਾ ਹੈ ਪਰ ਮਜ਼ਦੂਰਾਂ ਦੀ ਉਹਨਾਂ ਨੇ ਕਿਧਰੇ ਗੱਲ ਨਹੀਂ ਕਿਤੇ ਹਾਲਾਂਕਿ ਰੋਜ਼ ਹੀ ਖਬਰਾਂ ਆਉਂਦੀ ਨੇ ਕਿ ਮਜ਼ਦੂਰ ਕਈ-ਕਈ ਕਿਲੋਮੀਟਰ ਪੈਦਲ ਜਾ ਰਹੇ ਨੇ ਬੜੀਆਂ ਤਰਸਯੋਗ ਤਸਵੀਰਾਂ ਆਪਾਂ ਵੀ ਦੇਖੀਆਂ ਨੇ ਮਜ਼ਦੂਰਾਂ ਦੀ ਜੇ ਆਪਾਂ ਗੱਲ ਕਰੀਏ ਮੈਂ ਪਹਿਲਾਂ ਤੁਹਾਡੇ 2 ਲੱਖ ਕਰੋੜ ਦਾ ਪੈਕੇਜ ਉਸ ਦੀ ਗੱਲ ਤੇ ਆਨਾ ਤੁਸੀਂ ਇੱਕ ਬੜਾ ਸਰਸਰੀ ਜਿਹਾ ਲਾਓ ਆਪਣੇ ਪਰ ਦੁਨੀਆ ਚ ਫੈਲਿਆ ਖੈਰ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਹਰ ਸੂਬੇ ਦੇ ਵਿੱਚ ਹਰ ਸਟੇਟ ਚ ਕੋਰੋਨਾ ਫੈਲਿਆ 29 ਸਟੇਟਾਂ ਨੇ ਸਾਡੇ ਦੇਸ਼ ਚ 29 ਸਟੇਟਾਂ ਨੇ ਉਸ ਤੋਂ ਇਲਾਵਾ 8 ਯੂਟੀਆਂ ਨੇ ਹਾਂ ਤਾਂ ਚਲੋ ਉਹ ਵੀ ਸਟੇਟਾਂ ਹੀ ਨੇ ਤੇ ਮਤਲਬ ਜਿਹੜੇ 35 36 ਟੋਟਲ ਸਟੇਟ ਹੋ ਗਏ 37 ਸਟੇਟਾਂ ਆਪਣੇ ਸੂਬੇ 'ਚ ਹੋ ਗਈਆਂ 20 ਲੱਖ ਕਰੋੜ ਰੁਪਈਆ ਪੂਰੇ ਦੇਸ਼ ਲਈ ਹੈ ਹਮ ਇੱਕ ਸਟੇਟ ਨੂੰ 1 ਲੱਖ ਕਰੋੜ ਵੀ ਨਾ ਆਇਆ ਬਿਲਕੁਲ ਤੇ ਹਰ ਸਟੇਟ ਕਹਿ ਰਹੀ ਹੈ ਹਾਂਜੀ ਅਸੀਂ ਲੁੱਟ ਗਏ ਅਸੀਂ ਤਬਾਹ ਹੋ ਗਏ ਅਸੀਂ ਮਰ ਗਏ ਹਾਂ ਮਜ਼ਦੂਰਾਂ ਦੀ ਗੱਲ ਕਰਦੇ ਹਾਂ ਪੰਜਾਬ ਪੰਜਾਬ ਦੇ ਵਿੱਚ ਮਾਈਗ੍ਰੈਂਟ ਲੇਬਰ ਦੀ ਗੱਲ ਕਰੋ ਉੱਤਰ ਪ੍ਰਦੇਸ਼ ਬਿਹਾਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਝਾਰਖੰਡ ਉੱਥੋਂ ਆ ਕੇ ਬੈਠੀ ਹੋਈ ਹੈ 20 ਲੱਖ ਸਕਿਲਡ ਤੇ ਅਨਸਕਿਲਡ ਲੇਬਰ ਹੈ ਪੰਜਾਬ ਵਿੱਚ ਔਰ ਤੁਹਾਨੂੰ ਸ਼ਾਇਦ ਸੁਣ ਕੇ ਹੈਰਾਨੀ ਹੋਏਗੀ ਪਤਾ ਨਹੀਂ ਉਹ ਲੇਬਰ ਕਲਾਸ ਦੀ ਕਮੀ ਹੈ ਜਾਗਰੂਕਤਾ ਦੀ ਘਾਟ ਹੈ ਉਹਨਾਂ 'ਚ ਕਿ ਸਰਕਾਰ ਨਹੀਂ ਕਰਨਾ ਚਾਹਦੀ ਇਹਨਾਂ 'ਚੋਂ ਸਿਰਫ 3 ਲੱਖ ਰਜਿਸਟਰਡ ਨੇ ਸਰਕਾਰ ਕੋਲ 20 ਲੱਖ ਦੇ ਵਿੱਚੋਂ 20 ਲੱਖ ਚੋਂ 17 ਲੱਖ ਇੱਕ ਪਾਸੇ ਰਹਿ ਗਏ ਹਾਂ ਉਹ ਭਾਵੇਂ ਉਹ ਕਹਿ ਲੋ ਅਨਪੜਨੇ ਉਹਨਾਂ ਨੂੰ ਨਹੀਂ ਪਤਾ ਸੀ ਕਿਸ ਤਰ੍ਹਾਂ ਰਜਿਸਟਰਡ ਹੋਣਾ ਹੈ ਜਾਗਰੂਕਤਾ ਦੀ ਘਾਟ ਦੀ ਗੱਲ ਕਰ ਰਿਹਾ ਮੈਂ ਜਾਂ ਸਰਕਾਰ ਕਹਿ ਲੋ ਇੰਨਾ ਵੱਡੇ ਨੰਬਰ ਦਰਜ ਨਹੀਂ ਕਰਨਾ ਚਾਹੁੰਦੀ ਹੋਣੀ ਆਪਣੇ ਕੋਲ ਕਿ ਸਾਡੇ ਕੋਲ ਇੰਨੀ ਲੇਬਰ ਹੈਗੀ ਹੈ ਸਕਿੱਲਡਾਂ ਸਕਿੱਲਡ ਦੋਨੋਂ ਮਿਲਾ ਕੇ 3 ਲੱਖ ਦੇ ਵਿੱਚੋਂ ਵੀ ਆਦਗੀ ਕੀ ਕੀਤਾ ਕੈਪਟਨ ਸਰਕਾਰ ਨੇ ਉਹਨਾਂ 3 ਲੱਖਾਂ ਨੂੰ ਦਾਵਾ ਕੀਤਾ ਹੈ ਕਿ ਅਸੀਂ 100 ਰੁਪਈਆ ਪ੍ਰਤੀ ਦਿਨ 100 ਰੁਪਈਆ ਇੱਕ ਦਿਨ ਦਾ ਮਹੀਨੇ ਦਾ 3000 ਰੁਪਏ ਲਾ ਲਓ 3000 ਰੁਪਏ ਅਸੀਂ ਵਿੱਤੀ ਸਹਾਇਤਾ ਇਹਨਾਂ ਨੂੰ ਦੇ ਚੁੱਕੇ ਹਾਂ ਸਰਕਾਰ ਇਹ ਦਾ ਉਸ ਤੋਂ ਬਾਅਦ ਜੇ ਪਿਕਚਰਾਂ ਸਾਡੇ ਸਾਹਮਣੇ ਆ ਰਹੀਆਂ ਜਿਵੇਂ ਤੁਸੀਂ ਗੱਲ ਕੀਤੀ ਲੋਕ ਪੈਦਲ ਤੁਰਦੇ ਜਾ ਰਹੇ ਨੇ ਉਹ ਕਹਿੰਦੇ ਰਾਸ਼ਨ ਨਹੀਂ ਮਿਲ ਰਿਹਾ ਉਹਨਾਂ ਸਰਕਾਰ ਦਾ ਇਹ ਵੰਡਣ ਦਾ ਦਾਵਾ ਸਹੀ ਹੈ ਕਿ ਨਹੀਂ ਸ ਹੈ ਕਿਉਂਕਿ ਦੇਖਿਆ ਹੋਵੇ ਤਾਂ ਅਸਲੀ ਜਿਹੜੇ ਲੋਡ ਬੰਦ ਨੇ ਜਿਨ੍ਹਾਂ ਦੇ ਕਾਮਕਾਰ ਬੰਦ ਹੋਏ ਨੇ ਉਹ ਇਹੀ ਵਰਗ ਹੈ ਉਹ ਇਹੀ ਵਰਗ ਹੈਗਾ ਜਿਹਨੂੰ ਸੱਕ ਮਾਲੀ ਮਦਦ ਭਾਵੇਂ ਰਾਸ਼ਨ ਦੇ ਰੂਪ ਚ ਕਹਿ ਲਓ ਭਾਵੇਂ ਉਹ ਪੈਸੇ ਦੇ ਰੂਪ ਚ ਕਹਿ ਲਓ ਦੋਈ ਚੀਜ਼ਾਂ ਚਾਹੀਦੀਆਂ ਜਿਹੜੀ ਕਿ ਨਹੀਂ ਪਹੁੰਚ ਰਹੀ ਤੇ ਹੁਣ ਕੇਂਦਰ ਦੇ ਜਿਹੜਾ ਕੱਲ ਤੁਸੀਂ ਕਹਿ ਰਹੇ ਪ੍ਰਧਾਨ ਮੰਤਰੀ ਨੇ ਆਪਣੇ ਨੇ ਕੀਤਾ ਹਨਾ ਮਾਨਯੋਗ ਸਾਡੇ ਪ੍ਰਧਾਨ ਨਰਿੰਦਰ ਮੋਦੀ ਨੇ ਐਲਾਨ ਕੀਤਾ 20 ਲੱਖ ਦੇ ਉਹਦੇ ਚੋਂ ਹੁਣ ਉਸ ਤੇ ਛੁਟਕਲੇ ਵੀ ਬਣਨੇ ਸ਼ੁਰੂ ਹੋ ਗਏ ਨੇ ਛੁਟਕਲੇ ਕੀ ਬਣ ਰਹੇ ਨੇ ਉਹ ਕਹਿੰਦੇ ਵੀ ਉਹ ਪੈਕੇਜ ਤਾਂ ਗੱਲ ਕਰ ਰਹੇ ਨੇ ਵੀ ਅਸੀਂ ਦਵਾਂਗੇ ਪਰ ਨਾਲ ਉਹਨੇ ਖੁੱਲ ਕੇ ਕਹਿੰਦਾ ਕਿ 18 ਮਈ ਤੋਂ ਲੋਕਡਾਊਨ ਵਧਣਾ ਤੁਹਾਨੂੰ ਪਤਾ ਲੱਗ ਜਾਏਗਾ ਦੂਜੀ ਗੱਲ ਇਹਦੇ ਚ ਇਹ ਆ ਜਾਂਦੀ ਹੈ ਕਿ ਇੱਕ ਸਟੇਟ ਲਈ ਇਹ ਮਤਲਬ 1 ਲੱਖ ਕਰੋੜ ਦੀ ਵੀ ਉਹਦੀ ਫਿਗਰ ਵੀ ਨਹੀਂ ਹੈਗੀ 20 ਲੱਖ ਕਰੋੜ ਦੇ ਹਿਸਾਬ ਨਾਲ ਤੇ ਚੁਟਕਲੇ ਕੀ ਬੰਦ ਰਹੇ ਨੇ ਉਹਦੇ ਵਿੱਚ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰ ਬਾਰ ਕਹਿ ਰਹੇ ਨੇ ਆਤਮ ਨਿਰਪਰਪਨੋ ਆਤਮ ਨਿਰਪਰਮਨੋ ਸੈਲਫ ਇੰਡੀਪੈਂਡੈਂਟ ਸੈਲਫ ਇੰਡੀਪੈਂਡੈਂਟ ਕਹਿੰਦੇ ਉਹਨਾਂ ਨੇ ਇਸ਼ਾਰਾ ਕਰਤਾ ਜੋ ਚੁਟਕਲੇ ਬੰਦ ਰਹੇ ਨੇ ਕਿ ਕਰਨਾ ਤੁਸੀਂ ਆਪ ਵੀ ਮੈਂ ਦੇਣਾ ਦਵਾਣਾ ਕੁਝ ਨਹੀਂ ਹੈ ਤੁਹਾਨੂੰ ਇਹ ਇਸ਼ਾਰਾ ਇਹ ਕਰ ਰਹੇ ਨੇ ਅਸੀਂ ਦਵਾਂਗੇ ਪਰ ਆਸ ਨਾ ਰੱਖਿਓ ਹਾਂ ਆਸ ਨਾ ਰੱਖੋ ਤੇ ਫਿਰ ਲੋਕ ਉਹ 15 ਲੱਖ ਵਾਲੀ ਗੱਲ ਤੇ ਆ ਜਾਂਦੇ ਨੇ ਪੁਰਾਣੀ ਤੇ ਉਹ ਵੀ ਮਿਲਨੇ ਸੀ ਉਹ ਵੀ ਨਹੀਂ ਮਿਲੇ ਇਹ ਦੇਖੋ ਕਿੰਨੇ ਹੋਣਗੇ ਮੀਂਹ ਵਾਲੇ ਕਿੰਨੇ ਕੋਣਗੇ ਮੇਰੇ ਖਾਤੇ 'ਚ ਕਿੰਨੇ ਨੇ ਬਿਲਕੁਲ ਤਾਂ ਉਹ ਉਹਨੂੰ ਲੋਕ ਮਤਲਬ ਇੰਨਾ ਕਿ ਇਹਨਾਂ ਨੇ ਇਹ ਕਹਤੇ ਆ ਕਿ ਭਾਈਆ ਜੋ ਕਰਨਾ ਤੁਸੀਂ ਆਪ ਹੀ ਕਰੋ ਸਾਡੇ ਤੋਂ ਕੁਝ ਨਹੀਂ ਹੋਣਾ ਇਹਦੇ ਵਿੱਚ ਉਹਨਾਂ ਨੇ ਦੱਸਦੇ ਆ ਹਾਂ ਸੂਬੇ ਚ ਨਹੀਂ ਸ਼ਾਇਦ ਫਿਗਰ ਰਾਉਂਡ ਆਊਟ ਹੈ ਗਈ ਨਹੀਂ ਲੋਡ ਪੈਣੀ ਹੈ ਸਾਨੂੰ ਸੂਬੇ ਚ ਕਹਿ ਲੋ ਦੇਸ਼ਾਂ ਚ ਪੂਰੇ ਦੇਸ਼ ਚ ਕਹਿ ਲੋ ਆਪਣੇ ਜੀ ਬਿਲਕੁਲ ਬਿਲਕੁਲ ਜੀ ਇਹ ਸਾਰੀ ਸਥਿਤੀ ਨੂੰ ਦੇਖ ਕੇ ਤਾਂ ਲੱਗਦਾ ਕਿ ਸਾਡੀਆਂ ਸੁਲੱਖਣੀਆਂ ਸਰਕਾਰਾਂ ਸੁਹਿਰਦ ਨਹੀਂ ਹੈਗੀਆਂ ਕਿਸੇ ਚੀਜ਼ ਨੂੰ ਵੀ ਲੈ ਕੇ ਸੁਹਿਰਦ ਨਹੀਂ ਬਿਮਾਰੀ ਤੇ ਬਹੁਤ ਵੱਡੀ ਹੈ ਆਪਾਂ ਇਟਲੀ ਦਾ ਹਾਲ ਦੇਖਿਆ ਕੋਡੋਰ ਦਾ ਹਾਲ ਦੇਖਿਆ ਬੜਾ ਬੁਰਾ ਹਾਲ ਆ ਉੱਥੇ ਲੋੜ ਤੇ ਸੰਭਲਨ ਦੀ ਹੈ ਸਿਆਸਤ ਜਿਹੜੀ ਹੁਣ ਹਰ ਪਾਸੇ ਹੀ ਫੱਕੀ ਹੋਈ ਹੈ ਚਾਹੇ ਉਹ ਕਰਨਵਤਾਰ ਦਾ ਮੁੱਦਾ ਹੈ ਬਿਲਕੁਲ ਬਿਲਕੁਲ ਚਾਹੇ ਉਹ ਮਜ਼ਦੂਰਾਂ ਦਾ ਮੁੱਦਾ ਹੈ ਮਤਲਬ ਬੋਲਣ ਨੂੰ ਹਰ ਕੋਈ ਅੱਗੇ ਹੈ ਕਰਨ ਨੂੰ ਕੋਈ ਵੀ ਅੱਗੇ ਨਹੀਂ ਹਰ ਪਾਸੇ ਨੂੰ ਲੈ ਕੇ ਮਜ਼ਦੂਰਾਂ ਦੀ ਟਿਕਟਾਂ ਨੂੰ ਲੈ ਕੇ ਵੀ ਸਿਆਸਤ ਹੋਈ ਆਪਾਂ ਦੇਖਿਆ ਕਾਂਗਰਸ ਦੀ ਭਾਜਪਾ ਦੀ ਟਿਕਟਾਂ ਨੂੰ ਲੈ ਕੇ ਰਾਜਾ ਵਿੰਡਿੰਗ ਨੇ ਜੋ ਕੀਤਾ ਸੀਗਾ ਬਿਲਕੁਲ ਪੰਫਲੇਟ ਵੰਡੇ ਉਹਨਾਂ ਨੇ ਇੱਕ ਮੇਅਰ ਨੇ ਵੀ ਪੰਫਲੇਟ ਵੰਡੇ ਕੋਈ ਵੀ ਹਿੱਸਾ ਜਿਹੜਾ ਰਾਜਨੀਤੀ ਤੋਂ ਇਸ ਇਸ ਸਮੇਂ ਦੇ ਵਿੱਚ ਵੀ ਅਛੂਤਾਂ ਨੇ ਰਿਹਾ ਫਿਲਹਾਲ ਮੈਨੂੰ ਲੱਗਦਾ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਫਿਰ ਹਾਜ਼ਰ ਹੋਵਾਂ